करुणा
ਸਹਾਏ ਸਦਾ ਜਗ ਮਾਏ ਸੰਤ ਸਹਾਏ ਸਦਾ ਜਗ ਮਾਏ ਸਦਾ ਸਸ ਹੇ ਕਰੁਣਾ ਨਿਤ ਹੇ ਰਵ ਹੇ ਸਸ ਹੇ ਰਵ ਹੇ
ਕਰਨਾ ਨਿਦ। ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਸੋ ਕਹੀਅਤ ਹੈ ਸੂਰਾ ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ, ਜਾਗੋ ਹਰ ਰੰਗ ਲਾਗੋ ਸੋ ਕਹੀਅਤ ਹੈ ਸੂਰਾ ਸੋ ਕਹੀਅਤ ਹੈ ਸੂਰਾ ਸੋ ਕਹੀਅਤ ਆਤਮ ਜਿਣੈ ਸਗਲ ਵਸਤਾ ਕੈ ਜਾਕਾ ਸਤਿਗੁਰ ਪੂਰਾ ਆਤਮ ਜਾਗੋ ਹਰ ਰੰਗ
ਆਤਮ ਰੰਗ ਸੰਗ ਪੁਨੀਤਾ ਦੇਹੀ
जन के चरण बसे मेरे हियर, जन के चरण बसे करंग लै कमान हनंग बाण तान करंग लै कमान हनंग बाण तान जब बाण लाग्यो
तब रोस जग्यो जब बाण लग्यो तब रोस जग्यो करंग ले कमान अलंग बाण तान जब बाण लग्यो तब रुस जग्यो जब बाण लग्यो तब रुस जग्यो सबे वीरताए सरो गंतलाए सबे वीरताए सरो गंतलाए तब ताक बाण तब ताक बाण हने एक ज्वाण जब बाण लग्यो तब रोस जग्यो जब बाण लग्यो तब रोस जग्यो कर लेक मान अनंग बाण ता हरिचंद मारे सुजो दल तारे सु करोड़ रायम वह काल कायम सु करोड़
प्रण त्याग पागे सब त्रास भागे पई जीत मेरी कृपा काल केरी पई जीत मेरी काल केरी जब बाण लाग्यो तब रोस जाग्यो जब बाण लाग्यो तब रोस जाग्यो करम लेक मान हनंग बाण तार करम लेक मान हनंग बाण तार रणम जीत आए जय अंकित गाए तनम तार भर के सब सुर हर के तनम तार भर के सब सुर हर के जब बाण लाग्यो तब रोस जाग्यो जब बाण लाग्यो संत जना मिल हर जस गायो कोट जन्म के दुख गवायो जो चाहत सोई मन पायो कर कृपा हर नाम दिवायो सर्व सुख हर नाम वडाई गुर प्रसाद नानक मत पाई सो पवन गुरु पानी पिता माता धरत महत दिवस रात दुईदाई दया खिले सगल जगत चंगियाईया बुरियाईया भक्त धर्म दूर करमी अपो अपनी के नेड़े के दूर दिनी नाम ते आया कैम सकत कार नानक ते मुख उजले केती छुट्टी ना वाहिगुरु जी का खालसा वाह परम सत्कारयोग गुरु की लाडली गुरु की प्यारी गुरु दी पक्षण दी पातर ਬਹੁਤ ਹੀ ਮਹਾਨ 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 ਸਮੇਂ ਨੂੰ ਸਤ ਉਪਯੋਗਤਾ ਦਿੰਦੀ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੂਨ 1984 35 ਸਾਲ ਦਾ ਸਮਾਂ ਜ਼ਖਮੀ ਹਿਰਦੇ ਉਸੇ ਤਰ੍ਹਾਂ ਹੀ ਫਿਰ ਦੁਖੀ ਉਸੇ ਤਰ੍ਹਾਂ ਹੀ ਬਲੂੰਦਰੇ ਉਸੇ ਤਰ੍ਹਾਂ ਹੀ ਕਸ਼ਟ ਵਿੱਚ ਹਨ ਕਿਉਂਕਿ ਵੇਲੇ ਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਅਤੇ ਮਹਾਨ ਮਹਾਨ ਗੁਰਸਿੱਖਾਂ ਨੇ ਮਹਾਨ ਮਹਾਨ ਕੁਰਬਾਨੀਆਂ ਕਰਦੀਆਂ ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਮਰਦੇ ਮੁਜਾਹਿਦ ਕੈਣੀ ਕਥਨੀ ਦੇਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਅਗਵਾਈ ਥੱਲੇ 17ਵੀਂ 18ਵੀਂ ਸਦੀ ਦੀਆਂ ਸ਼ਹੀਦੀਆਂ ਨੂੰ ਪਰੰਪਰਾਵਾਂ ਨੂੰ ਫਿਰ ਸੁਰਜੀਤ ਕਰਦੇ ਹਾਂ ਗੁਰਧਾਮਾਂ ਦੀ ਉਸ ਹੁਰਮਤ ਨੂੰ ਰੋਕਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਪਾਵਨ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਸਭ ਦੀ ਮਰਿਆਦਾ ਕਾਇਮ ਰੱਖਦਿਆਂ ਜੀਵਨ ਆਹੂਤੀ ਦੇ ਦਿੱਤੀ ਅੱਜ ਫਿਰ ਇਹ ਸਮਾਗਮ ਆਪ ਜੀ ਦੇ ਪਿੰਡ ਹੈ ਦਮਦਮੀ ਟਕਸਾਲ ਦੇ ਵਰਤਮਾਨ ਮਹਾਂਪੁਰਖ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਪਿਛਲੇ 7 ਸਾਲ ਤੋਂ 2013 ਤੋਂ ਲਗਾਤਾਰ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦੇ ਵਿੱਚ ਹਰ ਸਾਲ 6 ਜੂਨ ਤੋਂ ਪਹਿਲੇ ਪਹਿਲੇ 50-60 ਨਗਰ ਵਿੱਚ ਜਾ ਕੇ 50-60 ਪਿੰਡਾਂ ਸ਼ਹਿਰਾਂ 'ਚ ਜਾ ਕੇ ਐਤਕੀ 1 ਮਈ ਤੋਂ ਲੱਗੇ ਇਹ ਤਰੀਕ ਅੱਜ 22 ਹੋ ਗਈ ਅੱਜ ਦਿਨਾਂ ਤੱਕ ਰੋਜ਼ਾਨਾ ਸ਼ਹੀਦੀ ਸਮਾਗਮ ਗੁਰਮਤਿ ਸਮਾਗਮ ਕੀਤੇ ਜਾ ਰਹੇ ਨੇ ਉਹਨਾਂ ਦੀ ਮਿਹਰਬਾਨੀ ਉਹ ਆਏ ਨੇ ਉਹਨਾਂ ਨੇ ਸੰਗਤ ਦੀ ਬੇਨਤੀ ਪ੍ਰਵਾਨ ਕੀਤੀ ਆ ਉਹਨਾਂ ਨੂੰ ਜੀ ਆਇਆਂ ਨੂੰ ਉਹਨਾਂ ਨੇ ਤਖ਼ਤ 'ਤੇ ਹੁਣ ਬਿਰਾਜਮਾਨ ਹੋ ਕੇ ਗੁਰਸੰਗਤ ਜੀ ਆਪ ਜੀ ਦੇ ਦਰਸ਼ਨ ਅਦਾਰ ਕਰਦਿਆਂ ਗੁਰੂ ਮਹਾਰਾਜ ਦੀ ਅਸੀਸ ਪ੍ਰਾਪਤ ਕਰਦਿਆਂ ਗੁਰ ਤਿਆਗ ਸਰਮਨ ਕਰਾਉਣਾ ਉਹਨਾਂ ਨੂੰ ਬੇਨਤੀ ਹੈ ਆਪਣੀ ਪੁੱਤਰ ਰਸਨਾ ਦੇ ਉੱਤੋਂ ਗੁਰਤਿਆਗ ਸਰਵਨ ਕਰਾ ਕੇ ਉਹਨਾਂ ਮਹਾਨ ਮਹਾਨ ਸ਼ਹੀਦੀ ਪਰੰਪਰਾਵਾਂ ਨੂੰ ਚੇਤੇ ਕਰਾ ਕੇ ਗੁਰੂ ਜੀ ਦੇ ਲੜ ਲਾਉਣ ਦੀ ਕਿਰਪਾ ਕਰਨ ਆਗਿਆ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ
ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੂਨ ਪੂਨ ਸੀਸਾ ਪੂਨ ਪੂਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਇੰਦ ਗੋਲਾ ਮੋਹਨ ਤੀਨ ਕੁੱਕ ਜਾਤ ਕੇ ਤਿਨ ਕੋ ਚੀਨ ਗੋਇੰਦ ਗੋਲਾ ਮੋਹਨ ਤੀਨ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਨਗਰ ਚੋਣੇ ਵਿਖੇ ਹਰ ਸਾਲ ਦੀ ਤਰ੍ਹਾਂ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਇਹਨਾਂ ਮਹਾਨ ਸ਼ਹੀਦੀ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰਨ ਦਾ ਸਤਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਸੰਗਤ ਜੀ ਆਪ ਜੀ ਨੇ ਜਥੇ ਦੇ ਛੋਟੇ ਭਚੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ
ਗੁਰਬਾਣੀ ਦਾ ਬਹੁਤ ਹੀ ਰਸ ਪਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖਾਂ ਦੇ ਪ੍ਰਸੰਗਾਂ ਦੀ ਕਥਾ ਚੱਲ ਰਹੀ ਹੈ। ਇਸ ਪਾਵਨ ਕਥਾ ਵਿੱਚ ਜੋ ਗੁਰਸਿੱਖ ਨਾਮੀ ਨਾਮੀ ਸਨਮਾਨਯੋਗ ਸਿੱਖ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਏ ਔਰ ਜਿਵੇਂ ਉਹਨਾਂ ਨੇ ਬੇਨਤੀਆਂ ਕੀਤੀਆਂ ਉਵੇਂ ਉਹਨਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਉਹਨਾਂ ਦੇ ਦੁੱਖਾਂ ਨੂੰ ਨਿਵਿਰਤ ਕਰਦੇ ਆ ਮੇਰੇ ਸਤਿਗੁਰੂ। ਔਰ ਜੋ ਉਹ ਕੋਈ ਸਵਾਲ ਮਨ ਵਿੱਚ ਸੰਸੇ ਰੂਪ ਵਿੱਚ ਲੈ ਕੇ ਆਉਂਦੇ ਹਨ ਉਹਨਾਂ ਦੀ ਸੱਚੇ ਪਾਤਸ਼ਾਹ ਨਿਵਿਰਤੀ ਵੀ ਕਰਦੇ ਹੈ ਔਰ ਉਹਨਾਂ ਨੂੰ ਮਨੁੱਖਾ ਜੀਵਨ ਦਾ ਅਸਲ ਜੋ ਮਕਸਦ ਹੈ ਕਿ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਕਰਨਾ ਕੀ ਹੈ ਉਹ ਸਾਰਾ ਉਪਦੇਸ਼ ਮੇਰੇ ਗਰੀਬ ਨਿਵਾਰ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਅੱਜ ਦੇ ਪ੍ਰਸੰਗ ਵਿੱਚ ਭਾਈ ਗੋਇੰਦ, ਭਾਈ ਗੋਲਾ, ਭਾਈ ਮੋਹਨ ਤਿੰਨ ਗੁਰੂ ਕੇ ਸਿੱਖ ਆਏ ਹੈ। ਇਹ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਉਪਦੇਸ਼ ਦੀ ਦਾਤ ਮੰਗ ਰਹੇ ਹਨ। ਇਹਨਾਂ ਉੱਤੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਰਹਿਮਤ ਕਰਕੇ ਗੁਰਮਤਿ ਦਾ ਗੁਰਸਿੱਖੀ ਦਾ ਇਹਨਾਂ ਨੂੰ ਜੋ ਅਸਲ ਉਪਦੇਸ਼ ਹੈ ਉਸ ਦੀ ਕਮਾਈ ਕਰਨ ਦੀ ਸਤਿਗੁਰੂ ਜੀ ਸ਼ੁਭ ਸਿੱਖਿਆ ਅਤੇ ਬਖਸ਼ਿਸ਼ ਕਰਕੇ ਨਿਵਾਜ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਇੰਦ ਗੋਲਾ ਮੋਹਨ ਤੀਨ। ਭਾਈ ਗੋਇੰਦ, ਭਾਈ ਗੋਲਾ ਤੇ ਭਾਈ ਮੋਹਨ ਇਹ ਤਿੰਨ ਸਿੱਖ ਹਨ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਸ਼ਨ ਕਰਨ ਆਏ ਕੁੱਕ ਜਾਤ ਕੇ ਤਿੰਨ ਕੋ ਚੀਨ। ਇਹ ਕੁੱਕ ਜਾਤੀ ਦੇ ਇਹਨਾਂ ਨੂੰ ਜਾਣਨਾ ਕਰੋ। ਸ੍ਰੀ ਅਰਜਨ ਕੇ ਢਿੱਗ ਚੱਲ ਆਏ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਹਜ਼ੂਰ ਦੇ ਪਾਵਨ ਦਰਸ਼ਨ ਕਰਨ ਵਾਸਤੇ ਬੜੀ ਦੂਰੋਂ ਚੱਲ ਕੇ ਆਏ ਹਨ। ਕਰ ਬੰਦਨ ਕੋ ਅਰਜ ਅਲਾਏ। ਸਤਿਗੁਰਾਂ ਨੂੰ ਮੱਥਾ ਟੇਕ ਕੇ ਹਜ਼ੂਰ ਦੇ ਚਰਨਾਂ ਵਿੱਚ ਇਹਨਾਂ ਨੇ ਅਰਜ ਕੀਤੀ ਹੈ, ਬੇਨਤੀ ਕੀਤੀ ਹੈ, ਅਰਦਾਸ ਕੀਤੀ ਹੈ। ਜਿਸ ਵਿਦ ਹੋਏ ਉਧਾਰ ਹਮਾਰੋ। ਸੱਚੇ ਪਾਤਸ਼ਾਹ ਜਿਵੇਂ ਸਾਡਾ ਉਧਾਰ, ਸਾਡੀ ਕਲਿਆਣ, ਸਾਡੀ ਮੁਕਤੀ ਹੋ ਸਕਦੀ ਹੈ। ਸੋ ਰਾਵਰ ਉਪਦੇਸ਼ ਉਚਾਰੋ। ਉਹੋ ਜਿਹਾ ਉਪਦੇਸ਼ ਆਪ ਜੀ ਆਪਣੇ ਮੁਖਾਰ ਬਿੰਦ ਤੋਂ ਸਾਨੂੰ ਉਚਾਰਨ ਕਰਕੇ ਦੱਸਣਾ ਕਰੋ। ਇਹ ਸਾਡੇ ਉੱਤੇ ਕਿਰਪਾ ਕਰੋ। ਸਾਧ ਸੰਗਤ ਜੀ, ਇੱਕ ਗੁਰਬਾਣੀ ਦੀ ਕਥਾ ਹੁੰਦੀ ਹੈ, ਇੱਕ ਗੁਰ ਇਤਿਹਾਸ ਦੀ ਕਥਾ ਹੁੰਦੀ ਹੈ, ਤੀਜਾ ਹੁੰਦਾ ਗੁਰਮਤਿ ਦਾ ਪ੍ਰਚਾਰ। ਗੁਰਬਾਣੀ ਦੀ ਕਥਾ ਹਮੇਸ਼ਾ ਗੁਰਬਾਣੀ ਦੇ ਆਸ਼ੇ, ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਗੁਰਬਾਣੀ ਦੀ ਕਥਾ ਕੀਤੀ ਜਾਣੀ ਜ਼ਰੂਰੀ ਹੁੰਦੀ ਹੈ। ਗੁਰਬਾਣੀ ਦੀ ਕਥਾ ਕਰਦਿਆਂ ਗੁਰਬਾਣੀ ਤੋਂ ਲਾਂਭੇ ਜਾ ਕੇ ਜੇ ਇੱਧਰ ਉੱਧਰ ਲੀਆਂ ਗੱਲਾਂ ਕੋਈ ਕਥਾ ਵਾਚਕ ਕਰਦਾ ਫਿਰ ਉਹ ਗੁਰਮਤਿ ਦੇ, ਗੁਰਬਾਣੀ ਦੀ ਕਥਾ ਦੇ ਸਿਧਾਂਤ ਤੋਂ ਬੜਾ ਦੂਰ ਹੈ।
ਇਸ ਕਰਕੇ ਨਿਰੋਲ ਗੁਰਬਾਣੀ ਦੇ ਅਰਥ ਵਿਚਾਰ ਨੂੰ ਜਿਹੜੇ ਦ੍ਰਿਸ਼ਟਾਂਤ ਪ੍ਰਮਾਣ ਜੋ ਢੁਕਵੇਂ ਹੋਣ ਗੁਰਮਤ ਅਨੁਸਾਰ ਉਹ ਨਾਲ ਨਾਲ ਸਰਵਣ ਕਰਵਾਉਣੇ ਔਰ ਅਰਥਾਂ ਦਾ ਖਾਸ ਧਿਆਨ ਰੱਖ ਕੇ ਗੁਰਬਾਣੀ ਦੇ ਹਰ ਅਰਥ ਨੂੰ ਸੰਗਤ ਦੇ ਸਨਮੁਖ ਸਪਸ਼ਟ ਕਰਕੇ ਰੱਖਣਾ। ਔਰ ਗੁਰਬਾਣੀ ਦੇ ਤਿੰਨ ਅਰਥ ਹੁੰਦੇ ਆ, ਇੱਕ ਅੱਖਰੀ ਅਰਥ ਭਾਵ ਇੱਕ ਸ਼ਬਦ ਆਇਆ, ਸ਼ਬਦ ਤਿੰਨਾਂ ਅੱਖਰਾਂ ਦੇ ਸੁਮੇਲ ਨੂੰ ਕਿਹਾ ਜਾਂਦਾ ਹੈ, ਉਹਦਾ ਅੱਖਰੀ ਅਰਥ ਕੀ ਬਣਿਆ। ਫਿਰ ਉਹਦਾ ਸਾਧ ਸੰਗਤ ਜੀ ਅੰਤਰੀਵ ਅਰਥ ਕੀ ਹੈ, ਫਿਰ ਉਹਦਾ ਭਾਵ ਅਰਥ ਕੀ ਹੈ। ਇਹ ਤਿੰਨਾਂ ਨੂੰ ਲੈ ਕੇ ਅੰਤਰੀਵ ਗੁਰਬਾਣੀ ਦੀ ਨਾਲ ਨਾਲ ਵਿਆਖਿਆ ਦੇ ਅਰਥ ਵੀ ਸੰਗਤ ਨੂੰ ਸੁਣਾਉਣੇ। ਔਰ ਦੂਜਾ ਹੁੰਦਾ ਗੁਰ ਇਤਿਹਾਸ ਦੀ ਕਥਾ, ਜੋ ਗੁਰੂ ਸਾਹਿਬ ਜੀ ਦੇ ਸਮੇਂ ਵਿੱਚ ਜੋ ਗੁਰਸਿੱਖਾਂ ਦੇ ਵਾਰਤਾਲਾਪ ਸਤਿਗੁਰੂ ਨਾਲ ਹੋਏ ਜਾਂ ਗੁਰੂ ਸਾਹਿਬ ਜੀ ਤੋਂ ਸਿੱਖਾਂ ਨੇ ਬੇਨਤੀ ਕਰਕੇ ਕੋਈ ਮਨ ਦੀ ਸ਼ੰਕਾ ਦੀ ਨਿਵਿਰਤੀ ਵਾਸਤੇ ਅਰਜ ਕੀਤੀ, ਉਹਦਾ ਕੀ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਜਾਂ ਸਿੱਖਾਂ ਨੇ ਕੀ ਉਪਦੇਸ਼ ਮੰਗਿਆ, ਉਹਨਾਂ ਨੂੰ ਉਪਦੇਸ਼ ਕੀ ਦਿੱਤਾ ਗਿਆ, ਜਾਂ ਗੁਰੂ ਸਾਹਿਬਾਨਾਂ ਦੇ ਅਵਤਾਰ ਦੇ ਇਤਿਹਾਸ, ਗੁਰਤਾ ਗੱਦੀ ਦੇ, ਜੋਤੀ ਜੋਤ ਦੇ। ਔਰ ਚੌਥਾ ਹੁੰਦਾ ਕੌਤਕ, ਜੋ ਸਤਿਗੁਰੂ ਜੀ ਨੇ ਕੌਤਕ ਕੀਤੇ ਹੈ। ਉਹ ਗੁਰ ਇਤਿਹਾਸ ਦੀ ਕਥਾ ਗੁਰ ਇਤਿਹਾਸ ਦੇ ਦਾਇਰੇ ਵਿੱਚ ਰਹਿ ਕੇ ਕਰਨੀ। ਤੀਜਾ ਜਿਹੜਾ ਗੁਰਮਤ ਦਾ ਪ੍ਰਚਾਰ ਹੁੰਦਾ, ਉਸ ਵਿੱਚ ਗੁਰਬਾਣੀ ਅਤੇ ਗੁਰ ਇਤਿਹਾਸ ਨੂੰ ਲੈ ਕੇ ਉਹਦੀ ਵਿਆਖਿਆ ਕਰਨੀ ਸਾਂਝੇ ਰੂਪ ਵਿੱਚ, ਉਹ ਸੰਗਤ ਦੇ ਵਿੱਚ ਪ੍ਰਚਾਰ ਕਰਨ ਦਾ ਢੰਗ ਕੋਈ ਸਿੰਘ ਖੜ ਕੇ ਵੀ ਕਰ ਸਕਦਾ, ਕੋਈ ਬੈਠ ਕੇ ਵੀ ਸੰਗਤ ਨੂੰ ਸੁਣਾ ਸਕਦਾ। ਇਸ ਤੋਂ ਇਲਾਵਾ ਜੇ ਕੋਈ ਸਾਧ ਸੰਗਤ ਜੀ ਗੁਰਮਤ ਦੇ ਦਾਇਰੇ ਤੋਂ ਬਾਹਰ ਜਾ ਕੇ ਗੱਲ ਕਰਦਾ ਨਾ, ਇੱਧਰ ਉੱਧਰ ਲੀਆਂ ਚਟਕੀਲੀਆਂ ਪਟਕੀਲੀਆਂ ਗੱਲਾਂ, ਗੱਪ ਕਹਾਣੀਆਂ, ਜਾਂ ਮਨ ਨੂੰ ਚੰਚਲ ਕਰਨ ਵਾਲੀਆਂ ਗੱਲਾਂ, ਜਾਂ ਐਵੇਂ ਬਿਨਾਂ ਮਤਲਬ ਦੇ ਚੁਟਕਲੇ ਬਣਾ ਬਣਾ ਕੇ ਸੁਣਾਈ ਜਾਣੇ, ਨਾ ਉਹ ਕਥਾ ਹੈ, ਨਾ ਉਹ ਗੁਰਮਤ ਦਾ ਪ੍ਰਚਾਰ ਹੈ, ਨਾ ਉਹ ਇਤਿਹਾਸ ਹੈ। ਇਸ ਕਰਕੇ ਸਾਨੂੰ ਇੱਕ ਗੱਲ ਦਾ ਖਿਆਲ ਰੱਖਣਾ ਚਾਹੀਦਾ, ਗੁਰਬਾਣੀ ਦੇ ਅਰਥਾਂ ਨੂੰ ਸੁਣਨ ਵਾਸਤੇ ਵੀ ਸਾਡੇ ਅੰਦਰ ਪੂਰੀ ਇਕਾਗਰਤਾ ਹੋਣੀ ਚਾਹੀਦੀ ਹੈ, ਗੁਰ ਇਤਿਹਾਸ ਨੂੰ ਸੁਣਨ ਵਾਸਤੇ ਵੀ ਪੂਰੀ ਸੋਝੀ ਹੋਵੇ, ਅਤੇ ਗੁਰਮਤ ਦਾ ਪ੍ਰਚਾਰ ਸੁਣਦਿਆਂ ਵੀ ਸਾਨੂੰ ਗੁਰਮਤ ਦੇ ਪ੍ਰਚਾਰ ਵਿੱਚੋਂ ਗੁਰਬਾਣੀ ਗੁਰ ਇਤਿਹਾਸ ਦੀ ਸਿੱਖਿਆ ਦਾ ਗਿਆਨ ਕਰਾਵੇ ਬਖਤਾ। ਇਸ ਕਰਕੇ ਇਹ ਤਾਂ ਕਰਕੇ ਮੈਂ ਬੇਨਤੀ ਕੀਤੀ ਹੈ, ਕਈ ਵਾਰੀ ਗੁਰ ਇਤਿਹਾਸ ਦੀ ਕਥਾ ਸੁਣਦਿਆਂ ਸੁਣਦਿਆਂ ਮਨ ਇਕਾਗਰ ਜਿਹੜਾ ਉਹ ਜਲਦੀ ਹੋ ਜਾਂਦਾ, ਪਰ ਕਈ ਵਾਰੀ ਮਨ ਉਰੇ ਪੁਰੇ ਚੱਲਿਆ ਜਾਏ, ਫਿਰ ਅਸਲੀ ਸੰਗਤ ਦੀ ਇਤਿਹਾਸ ਦੇ ਰਸ ਦੀ ਲੜੀ ਟੁੱਟ ਜਾਂਦੀ ਹੈ। ਗੁਰਬਾਣੀ ਵਿੱਚ ਵੀ ਇਵੇਂ ਹੀ ਹੁੰਦਾ, ਗੁਰਬਾਣੀ ਕਥਾ ਇਤਿਹਾਸ ਦੀ ਕਥਾ ਸੁਣਨ ਲਈ ਮਨ ਬਹੁਤ ਇਕਾਗਰ ਕਰਕੇ ਰੱਖਣਾ ਚਾਹੀਦਾ, ਫਿਰ ਹੀ ਇਤਿਹਾਸ ਦੀ ਕਥਾ ਦਾ, ਗੁਰਬਾਣੀ ਦੀ ਕਥਾ ਦਾ ਜੀਵਨ ਵਿੱਚੋਂ ਨਿਚੋੜ ਸਾਰ ਤੱਤ ਜੀਵਨ ਵਿੱਚ ਪ੍ਰਾਪਤ ਹੁੰਦਾ ਹੈ। ਸੋ ਇਹ ਖਿਆਲ ਰੱਖਣ ਦੀ ਲੋੜ ਹੈ। ਸੋ ਆਓ, ਇਹਨਾਂ ਸਿੱਖਾਂ ਨੇ ਕੀ ਅਰਜ਼ ਕੀਤੀ,
हे सच्चे पातशाह साडा किवें उधार हो सकदा, साडी मुक्ति किवें हो सकदी है, साडा जम्मण मरण किवें कटिया जा सकदा, ऐसा उपदेश सानू अपने मुखार बिन तो देना करो। श्री मुख ते फुरमावन कीन, पावन पवित्र मुखार बिन तो सतगुरु जी ने इन्हां दी बेनती सुन के बचन कीते हन उचारे हन। राम नाम नित जप हो प्रवीन, ऐ राम दा नाम निता प्रति जपया करो। ਇਹ ਰਾਮ ਸ਼ਬਦ ਸਾਧ ਸੰਗਤ ਜੀ ਕੋ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮ ਜੀ ਦੇ ਹੋਂਦ ਵਿੱਚ ਆਉਣ ਤੋਂ ਨਹੀਂ ਰਾਮ ਸ਼ਬਦ ਆਇਆ। ਰਾਮ ਸ਼ਬਦ ਤਾਂ ਸਤਿਯੁਗ ਤੋਂ ਵੀ ਪਹਿਲਾਂ ਦਾ ਹੈ, ਔਰ ਇਹ ਰਾਮ ਸ਼ਬਦ ਪਰਮੇਸ਼ਰ ਦਾ ਵਾਚਕ ਹੈ, ਵਾਹਿਗੁਰੂ ਦਾ। ਸੁਰਤੀ ਵਿੱਚ ਲਿਖਿਆ ਹੈ ਰਮਾ ਰਮੰਤੀ ਰਾਮਾ, ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਵਿਆਪਕ ਹੈ, ਉਸ ਨੂੰ ਰਾਮ ਕਿਹਾ ਜਾਂਦਾ ਹੈ। ਕਦੇ ਰਾਮ ਸ਼ਬਦ ਦਾ ਜਦੋਂ ਵਿਚਾਰ ਆਏ, ਉੱਥੇ ਭੁਲੇਖਾ ਨਹੀਂ ਮਨ ਵਿੱਚ ਆਉਣ ਦੇਣਾ ਕਿ ਸਾਨੂੰ ਕਿਤੇ ਰਾਮ ਜੀ ਜੋ ਤ੍ਰੇਤੇ ਯੁੱਗ ਦੇ ਅਵਤਾਰ ਰਾਮ ਚੰਦਰ ਜੀ ਹੋਏ ਆ, ਉਹਨਾਂ ਦੇ ਨਾਮ ਜਪਣ ਦੀ ਕੋਈ ਆਗਿਆ ਦੇ ਰਹੇ ਹੈ। ਨਹੀਂ ਭਾਈ, ਰਾਮ ਸ਼ਬਦ ਤੋਂ ਭਾਵ ਇਹ ਰਮਿਆ ਹੋਇਆ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦਾ ਨਾਮ ਕੀ ਆ? ਉਹਦਾ ਨਾਮ ਦਸ ਗੁਰੂ ਸਾਹਿਬਾਨਾਂ ਨੇ ਸਾਨੂੰ ਵਾਹਿਗੁਰੂ 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 ਕਹਿਣ ਦਾ ਹੁਕਮ ਕੀਤਾ। ਇਸ ਕਰਕੇ ਹੇ ਸਿਆਣੇ ਗੁਰਸਿੱਖੋ, ਪ੍ਰਵੀਨ ਦਾ ਅਰਥ ਚਤੁਰ ਵੀ ਹੁੰਦਾ, ਪ੍ਰਵੀਨ ਦਾ ਅਰਥ ਸਿਆਣਾ ਵੀ, ਪ੍ਰਵੀਨ ਦਾ ਅਰਥ ਗਿਆਨਵਾਨ ਵੀ, ਔਰ ਪ੍ਰਵੀਨ ਦਾ ਅਰਥ ਹੁੰਦਾ ਪਰ ਵਿਸ਼ੇਸ਼ ਕਰਕੇ ਜੋ ਹਰ ਗੱਲ ਦਾ ਨਿਚੋੜ ਚੁਣ ਚੁਣ ਕੇ ਤੱਤ ਨੂੰ ਕੱਢ ਲਵੇ ਬੁੱਧੀ ਦੁਆਰਾ, ਉਸ ਨੂੰ ਪ੍ਰਵੀਨ ਕਿਹਾ ਜਾਂਦਾ ਹੈ। ਇਸ ਕਰਕੇ ਇਹ ਗੁਰਸਿੱਖੋ, ਤੁਸੀਂ ਵਾਹਿਗੁਰੂ ਦਾ ਨਾਮ ਜਪਣਾ ਔਰ ਬੜੇ ਧਿਆਨ ਨਾਲ ਜਪਣਾ ਔਰ ਸਿਆਣਪ ਨਾਲ ਨਾਮ ਜਪਣਾ, ਭਾਵ ਜੋ ਗੁਰੂ ਨੇ ਦੱਸਿਆ ਉਸ ਢੰਗ ਨਾਲ ਜਪਣਾ ਹੈ। ਜਾਇਓ ਕਹੋ ਹੇ ਸਿਆਣੇ ਗੁਰਸਿੱਖੋ, ਪਰਮੇਸ਼ਰ ਦਾ ਨਾਮ ਵਾਹਿਗੁਰੂ ਦਾ ਹਮੇਸ਼ਾ ਜਪਿਆ ਕਰੋ। ਜਪਿਆ ਰਸਨਾ ਨਾਲ ਜਾਂਦਾ, ਰਸਨਾ ਨਾਲ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇਹ ਨਾਮ ਜਪਣਾ ਹੈ। ਬੋਲ ਕੇ ਜਿਹੜੀ ਬਾਣੀ ਪੜ੍ਹੀ ਜਾਂਦੀ ਹੈ, ਜਾਪ ਕੀਤਾ ਜਾਂਦਾ, ਉਹਨੂੰ ਜਪਣਾ ਕਿਹਾ ਜਾਂਦਾ ਹੈ। ਇਸ ਕਰਕੇ ਰਸਨਾ ਨਾਲ ਬੋਲ ਕੇ ਜਪਣਾ ਕਰੋ। ਰਾਖੋ ਮਰਨ ਜਾਦ ਨਿਸ ਦਿਨ ਮੈਂ, ਔਰ ਮਾਂ ਮੌਤ ਜਿਹੜੀ ਹੈ ਨਾ, ਮਰਨਾ, ਮਰਨੰ ਬਿਸਰਨੰ ਗੋਬਿੰਦ ਹੈ, ਜੀਵਨੰ ਹਰਨਾਮ ਧਿਆਵਨ ਹੈ। ਮਹਾਰਾਜ ਕਹਿੰਦੇ ਬੰਦਿਆ ਤੈਨੂੰ ਮਰਨਾ ਭੁੱਲ ਗਿਆ। ਮਰਨਾ ਭੁੱਲਣ ਦੇ ਨਾਲ ਬੰਦਾ ਬੜੇ ਵੱਡੇ ਵੱਡੇ ਗੁਨਾਹ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਮੌਤ ਨੂੰ ਰਾਤ ਦਿਨ ਹਮੇਸ਼ਾ ਵਾਸਤੇ ਯਾਦ ਰੱਖਣਾ, ਕਦੇ ਭੁੱਲਣਾ ਨਹੀਂ ਹੈ। ਪਾਪ ਨਾ ਹੋਏ ਲਖੋ ਗੁਣ ਮਨ ਮੈਂ, ਔਰ ਇਹ ਗੁਣ ਵਿਚਾਰ ਕਰਨੀ ਹੈ ਮਨ ਵਿੱਚ ਕਿ ਸਾਡੇ ਕੋਲੋਂ ਕੋਈ ਪਾਪ ਨਾ ਹੋ ਜਾਏ, ਕੋਈ ਗੁਨਾਹ ਨਾ ਹੋ ਜਾਏ, ਪਾਪਾਂ ਤੋਂ ਬਚੇ ਰਹੀਏ ਅਤੇ ਮੌਤ ਨੂੰ ਚੇਤੇ ਰੱਖੀਏ। ਅੱਗ ਕਰਬੇ ਤੇ ਜਬ ਹਟ ਗਏ, ਜਦੋਂ ਪਾਪ ਕਰਮ ਕਰਨ ਵੱਲੋਂ ਆਪਣਾ ਮਨ ਜਾਂ ਤਨ ਹਟ ਜਾਵੇ ਨਾ, ਪਾਪ ਅੰਦਰੋਂ ਪਾਪ ਕਰਨ ਤੋਂ ਨਫ਼ਰਤ ਪੈਦਾ ਹੋ ਜਾਏ, ਪਾਪ ਕਰਨ ਦਾ ਖਿਆਲ ਮਨ ਵਿੱਚੋਂ ਮੁੱਕ ਜਾਵੇ। ਬੰਦਾ ਜਦੋਂ ਪਾਪ ਕਰਮ ਕਰਨ ਵੱਲੋਂ ਨਾਮ ਜਪਦਿਆਂ ਜਪਦਿਆਂ ਹਟ ਗਿਆ ਇਸ ਜੀਵਨ ਵਿੱਚ,
ਪਿਛਲੇ ਰਾਮ ਨਾਮ ਤੇ ਸ਼ਏ। ਕਹਿੰਦੇ ਇਸ ਜੀਵਨ ਦੇ ਪਾਪਾਂ ਦਾ ਤਾਂ ਹਿਸਾਬ ਉਦੋਂ ਹੀ ਮੁੱਕ ਗਿਆ ਜਦੋਂ ਇਸ ਜੀਵਨ ਵਿੱਚ ਨਾਮ ਜਪਦਿਆਂ, ਗੁਰ ਸ਼ਬਦ ਕਮਾਉਂਦਿਆਂ, ਬਾਣੀ ਕਮਾਉਂਦਿਆਂ ਪਾਪ ਕਰਮਾਂ ਵੱਲੋਂ ਬੰਦਾ ਹਟ ਗਿਆ ਨਾ, ਤਾਂ ਜਿੰਨੇ ਪਾਪ ਕੀਤੇ ਆ ਉਹ ਸਾਰੇ ਮੁੱਕ ਗਏ ਉਹਦੇ। ਔਰ ਕਹਿੰਦੇ ਜਿਹੜੇ ਪਿਛਲੇ ਪਾਪ ਹੈ ਪਿਛਲੇ ਜਨਮਾਂ ਦੇ, ਉਹ ਪਰਮੇਸ਼ਰ ਦਾ ਨਾਮ ਲੈਣ ਨਾਲ ਸਾਰੇ ਮੁੱਕ ਜਾਂਦੇ ਆ, ਸਾਰੇ ਨਾਸ ਹੋ ਜਾਂਦੇ ਆ। ਪਰਮੇਸ਼ਰ ਦੇ ਨਾਮ ਵਿੱਚ ਬੜੀ ਵੱਡੀ ਬਰਕਤ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਗਇਆ ਜੀ ਵਿੱਚ ਗਏ ਨਾ, ਬਿਹਾਰ ਇਲਾਕੇ ਵਿੱਚ, ਉੱਥੇ ਪਾਂਡੇ ਗਇਆ ਤੀਰਥ ਉੱਤੇ ਪਿੰਡ ਭਰਾਉਂਦੇ ਸਨ ਮਰੇ ਵਿਅਕਤੀਆਂ ਦੀ ਕਲਿਆਣ ਵਾਸਤੇ, ਮੁਕਤੀ ਵਾਸਤੇ। ਪਾਂਡੇ ਸਤਿਗੁਰੂ ਜੀ ਦੇ ਕੋਲੇ ਦੇਵ ਘਾਟ ਸਾਧ ਸਿੰਘ ਜੀ ਉੱਥੇ ਫਲਗੂ ਨਦੀ ਦੇ ਕਿਨਾਰੇ ਦੇ ਉੱਤੇ ਪ੍ਰਾਚੀਨ ਅਸਥਾਨ ਹੈ। ਦੇਵ ਘਾਟ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ, ਗੁਰਦੁਆਰਾ ਗੁਰੂ ਨਾਨਕ ਸਾਹਿਬ ਚਰਨ ਪਾਦਕਾ ਉਹਦਾ ਨਾਮ ਹੈ। ਵੈਸੇ ਉਹਨੂੰ ਚਰਨ ਪਾਦਕਾ ਕਹਿ ਦਿੰਦੇ ਆ। ਅੱਜ ਉਸ ਅਸਥਾਨ ਦੀ ਹਾਲਤ ਬੜੀ ਤਰਸਯੋਗ ਹੈ, ਮੈਂ ਦਰਸ਼ਨ ਕਰਕੇ ਆਇਆ। ਸਾਧ ਸੰਗਤ ਜੀ ਵੇਖਿਆ ਵੀ ਨਹੀਂ ਜਾਂਦਾ, ਇੰਨੀ ਉੱਥੇ ਹਾਲਤ ਤਰਸਯੋਗ ਬਣ ਗਈ। ਜੇ ਸਿੱਖਾਂ ਨੇ ਉਸ ਅਸਥਾਨ ਦੀ ਸੰਭਾਲ ਨਾ ਕੀਤੀ ਨਾ, ਉਹ ਅਸਥਾਨ ਇੱਕ ਨਾ ਇੱਕ ਦਿਨ ਅਲੋਪ ਹੋ ਜਾਏਗਾ। ਸਾਡੇ ਕੋਲ ਉਹਦਾ ਇਤਿਹਾਸ, ਸਾਡੇ ਕੋਲ ਦੀ ਹੋਂਦ ਨਹੀਂ ਬਚਣੀ। ਛੱਤ ਵੀ ਇੱਕ ਪਾਸਿਓਂ ਢੱਠੀ ਹੋਈ ਸੀ, ਪਾਲਕੀ ਸੀ। ਮਹਾਰਾਜ ਸਾਹਿਬ ਦੇ ਤਿੰਨ ਸਰੂਪ ਪ੍ਰਕਾਸ਼ ਹੁੰਦੇ ਸਨ, ਔਰ ਸਰੂਪ ਵੀ ਹੱਥ ਲਿਖਤ ਉੱਥੋਂ ਮਹਾਰਾਜ ਦਾ ਕੋਈ ਚੁੱਕ ਕੇ ਲੈ ਗਿਆ। ਔਰ ਜਿਹੜਾ ਵਿਚਾਰਾ ਗਰੀਬ ਉੱਥੇ ਝਾੜੂ ਝੂੜੂ ਮਾੜਾ ਮੋਟਾ ਦੰਦਾ ਸੀ, ਉਹਦੀ ਵੀ ਬੜੀ ਤਰਸਯੋਗ ਹਾਲਤ ਸੀ। ਔਰ ਕੁਝ ਸਾਲ ਪਹਿਲਾਂ ਕੋਈ ਉਦਾਸੀ ਮਹਾਤਮਾ ਸੇਵਾ ਕਰਦੇ ਸਨ, ਉਹ ਵੀ ਚੜ੍ਹਾਈ ਕਰ ਗਏ, ਔਰ ਉੱਥੇ ਕੇਵਲ ਮੰਜੀ ਸਾਹਿਬ ਪਾਲਕੀ ਦੇ ਉੱਤੇ ਬਹੁਤ ਹੀ ਮਿੱਟੀ ਘੱਟਾ ਅਤੇ ਪਾਟੇ ਦੇ ਦੋ ਕਰਮਾਲੇ, ਔਰ ਕੇਵਲ ਇੱਕ ਗੁਟਕਾ ਹੀ ਪਿਆ ਸੀ ਮਹਾਰਾਜ ਸਾਹਿਬ ਦੇ ਨਿਤਨੇਮ ਵਾਲਾ। ਔਰ ਉਹ ਵੀ ਅੰਦਰ ਜਾ ਕੇ ਪਤਾ ਲੱਗਾ ਵੀ ਇਹ ਮਹਾਰਾਜ ਸਾਹਿਬ ਦਾ ਸਥਾਨ ਹੈ, ਬਾਹਰੋਂ ਕੋਈ ਨਜ਼ਰ ਨਹੀਂ ਆਉਂਦਾ। ਇਸ ਕਰਕੇ ਉਹ ਇਤਿਹਾਸਕ ਸਥਾਨ, ਬਹੁਤ ਵੱਡਾ ਇਤਿਹਾਸਕ ਸਥਾਨ ਹੈ ਆਪਣਾ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਚਰਨ ਪਾਏ ਆ, ਬਾਬਾ ਸ਼੍ਰੀ ਚੰਦ ਜੀ ਵੀ ਉੱਥੇ 3 ਮਹੀਨੇ ਰਹੇ ਹੈ, ਔਰ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਉਸ ਅਸਥਾਨ 'ਤੇ ਚਰਨ ਪਾਏ ਆ। ਜਿਹੜੇ ਉਹਦੇ ਖੰਡਰ ਖਲੋਤੇ ਹੋਏ ਆ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਹੀ ਹੈ। ਅਜੇ ਥੋੜ੍ਹਾ ਬਹੁਤਾ ਜਿਹੜੀ ਨਿਸ਼ਾਨੀ ਬਚੀ ਹੋਈ ਹੈ ਨਾ, ਉਹ ਗੁਰੂ ਸਾਹਿਬ ਜੀ ਦੇ ਸਮੇਂ ਦੀ ਹੈ। ਜਿਸ ਜਗ੍ਹਾ ਸਤਿਗੁਰੂ ਜੀ ਬੈਠੇ ਨਾ, ਉਹ ਜਗ੍ਹਾ ਅਜੇ ਬਚੀ ਹੋਈ ਹੈ। ਔਰ ਦੇਵ ਘਾਟ ਦੇ ਉੱਤੇ ਹੈ ਭਗਵਾਨ ਵਿਸ਼ਨੂੰ ਜੀ ਦਾ ਜੋ ਮੁੱਖ ਮੰਦਰ ਹੈ, ਉਹਦੇ ਬਿਲਕੁਲ ਨੇੜੇ ਹੈ। ਇੰਨੇ ਮੌਕੇ 'ਤੇ ਐਡੀ ਵੱਡੀ ਇਤਿਹਾਸਕ ਸਤਿਗੁਰੂ ਜੀ ਦੀ ਉਹ ਯਾਦਗਾਰ ਹੈ, ਉਹ ਜੇਕਰ ਆਪਾਂ ਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਕਿ ਆਪਾਂ ਸਾਰੇ ਉਸ ਪਾਸੇ ਵੀ ਧਿਆਨ ਦਈਏ। ਮੈਂ ਤਾਂ ਯਤਨ ਕਰਦੇ ਹਾਂ ਆਪਣੇ ਵੱਲੋਂ, ਉਦਾਸੀ ਅਖਾੜੇ ਵੱਡੇ ਅਖਾੜੇ ਦੇ ਮਹਾਤਮਾ ਰਘੂ ਮੁਨੀ ਜੀ ਨੂੰ ਵੀ ਬੇਨਤੀ ਕੀਤੀ, ਸਿੰਘ ਸਾਹਿਬਾਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਅਸਥਾਨ ਜੇ ਬਚਾਇਆ ਜਾਂਦਾ ਆਪਾਂ ਨੂੰ ਬਚਾ ਲੈਣਾ ਚਾਹੀਦਾ। ਉੱਥੇ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ।
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਪਾਂਡੇ ਆਏ। ਪਾਂਡੇ ਆਖਣ ਲੱਗੇ ਜੀ ਤੁਸੀਂ ਪਿੰਡ ਭਰਾਓ, ਤੁਹਾਡੇ ਪਿੱਤਰਾਂ ਦੀ ਕਲਿਆਣ ਕਰੀਏ। ਮਹਾਰਾਜ ਜੀ ਨੇ ਉੱਥੇ ਫਿਰ ਇਹ ਸ਼ਬਦ ਉਚਾਰਿਆ ਸੀ ਗਿਆ ਜੀ ਦੇ ਵਿੱਚ, ਦੇਵ ਘਾਟ ਅਸਥਾਨ ਦੇ ਉੱਤੇ ਗੁਰਦੁਆਰਾ ਗੁਰੂ ਨਾਨਕ ਚਰਨ ਪਾਦਕਾ ਉਹਦਾ ਨਾਮ ਹੈ, ਔਰ ਵੈਸੇ ਉਹਨੂੰ ਚਰਨ ਪਾਦਕਾ ਹੀ ਆਖਿਆ ਜਾਂਦਾ, ਚਰਨ ਪਾਏ ਗੁਰੂ ਸਾਹਿਬ ਨੇ, ਇਸ ਕਰਕੇ ਚਰਨ ਪਾਦਕਾ ਉਹਦਾ ਨਾਮ ਹੈ। ਉੱਥੇ ਮਹਾਰਾਜ ਜੀ ਨੇ ਫਿਰ ਇਹ ਸ਼ਬਦ ਉਚਾਰਿਆ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਓਏ ਚਾਨਣ ਓਏ ਸੋਖਿਆ ਚੂਕਾ ਜਮ ਸਿਓ ਮੇਲ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕਠੇ ਏਕ ਰੱਤੀ ਲੇ ਪਾਏ। ਨਾਮ ਦੀ ਮਹਿਮਾ ਦੱਸੀ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿ ਭਾਈ ਤੁਸੀਂ ਪਿੱਤਰਾਂ ਦੀ ਕਲਿਆਣ ਵਾਸਤੇ ਪਿੰਡ ਭਰਾਉਂਦੇ ਹੋ, ਦੀਵੇ ਜਗਾਉਂਦੇ ਹੋ ਕਿ ਸਾਡੇ ਪਿੱਤਰਾਂ ਨੂੰ ਪਿੱਤਰ ਲੋਕ ਵਿੱਚ ਇਸ ਦੀਵੇ ਦਾ ਪ੍ਰਕਾਸ਼ ਪਹੁੰਚੇਗਾ। ਮਹਾਰਾਜ ਕਹਿੰਦੇ ਅਸੀਂ ਤਾਂ ਨਾਮ ਦਾ ਦੀਵਾ ਜਗਾਇਆ ਹੋਇਆ, ਨਾਮ ਦਾ ਦੀਵਾ ਜਗਾਉਣ ਦੇ ਨਾਲ ਕਹਿੰਦੇ ਜਿਹੜੇ ਪਾਪਾਂ ਦਾ ਹਨੇਰਾ ਸੀ ਉਹ ਮੁੱਕ ਗਿਆ, ਔਰ ਸਤਿਗੁਰੂ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਜਿਹੜੀ ਵਿਚਾਰ ਇੱਥੇ ਚੱਲ ਰਹੀ ਉਹਦੇ ਬਾਰੇ ਕਿ ਆ ਲੋਕੋ ਫਜ਼ੂਲ ਦੀਆਂ ਭਰਮ ਦੀਆਂ ਵਿਚਾਰਾਂ ਵਿੱਚ ਨਾ ਪੈ ਕੇ ਉਲਝੇ ਰਹੋ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕਠੇ ਏਕ ਰੱਤੀ ਲੇ ਪਾਏ। ਕਹਿੰਦੇ ਲੱਖਾਂ ਮਣ ਲੱਕੜਾਂ ਦਾ ਢੇਰ ਲੱਗਾ ਹੋਇਆ ਹੋਵੇ, ਲੱਖਾਂ ਮਣ, ਔਰ ਉਹਦੇ ਵਿੱਚ ਇੱਕ ਕਿਣਕਾ ਅੱਗ ਦੀ ਚੰਗਿਆੜੀ ਕੋਈ ਜਾ ਕੇ ਰੱਖ ਦੇਵੇ ਨਾ, ਉਹ ਸਾਰਾ ਲੱਕੜਾਂ ਦਾ ਢੇਰ ਅੱਗ ਸਾੜ ਕੇ ਸਵਾਹ ਕਰ ਦਿੰਦੀ ਹੈ। ਇੱਕ ਕਿਣਕਾ ਅੱਗ ਨੇ ਲੱਖਾਂ ਮਣ ਲੱਕੜਾਂ ਸਾੜ ਕੇ ਸਵਾਹ ਕਰ ਦਿੱਤੀਆਂ। ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ, ਬੰਦੇ ਨੇ ਲੱਖਾਂ ਕਰੋੜਾਂ ਪਾਪ ਕੀਤੇ ਹੋਏ ਹੋਣ ਨਾ ਇਸ ਜਨਮ ਦੇ ਪਿਛਲੇ ਜਨਮਾਂ ਦੇ, ਜੇ ਮਹਾਰਾਜ ਦਾ ਨਾਮ ਜਪਣ ਲੱਗ ਪਵੇ ਨਾ ਤਾਂ ਉਹਦੇ ਸਾਰੇ ਪਾਪ ਨਾਮ ਦੀ ਚੰਗਿਆੜੀ ਨਾਸ਼ ਕਰ ਦਿੰਦੀ ਹੈ, ਭਸਮ ਕਰ ਦਿੰਦੀ ਹੈ। ਆਖੋ ਭਾਈ ਵਾਹਿਗੁਰੂ। ਤਾਂ ਮਹਾਰਾਜ ਕਹਿੰਦੇ ਪਿਛਲੇ ਰਾਮ ਨਾਮ ਤੇ ਛਏ, ਛਏ ਨਾਮ ਹੁੰਦਾ ਨਾਸ ਹੋਣ ਦਾ, ਪਰਮੇਸ਼ੁਰ ਦੇ ਨਾਮ ਵਿੱਚ ਇਹ ਬਰਕਤ ਹੈ, ਸ਼ਕਤੀ ਹੈ। ਜੇ ਬੰਦਾ ਨਾਮ ਜਪਣ ਲੱਗਦਿਆਂ ਜਪਦਿਆਂ ਜਪਦਿਆਂ ਜਦੋਂ ਐਨ ਮਨ ਸ਼ੁੱਧ ਹੋ ਜਾਂਦਾ ਨਾ ਤਾਂ ਬੰਦਾ ਇੱਥੇ ਪਾਪ ਛੱਡ ਦਿੰਦਾ, ਜਦੋਂ ਪਾਪ ਛੁੱਟ ਗਏ ਨਾ ਤਾਂ ਸਮਝ ਲਓ ਇਸ ਜਨਮ ਦੇ ਪਾਪਾਂ ਦਾ ਲੇਖਾ ਮੁੱਕ ਗਿਆ। ਪਾਪ ਕਰਮ ਕਰਨ ਵੱਲੋਂ ਐਨ ਮਨ ਵਿੱਚ ਨਫ਼ਰਤ ਪੈਦਾ ਹੋ ਗਈ ਵੀ ਪਾਪ ਕਰਮ ਕਰਨਾ ਹੀ ਨਹੀਂ, ਮਨ ਹੀ ਨਹੀਂ ਅੰਦਰੋਂ ਕਰਦਾ, ਮਨ ਹੀ ਐਨ ਪਾਪ ਕਰਮਾਂ ਕਰਨ ਵੱਲੋਂ ਰੁਕ ਗਿਆ, ਤਾਂ ਸਮਝ ਲਵੇ ਕਿ ਨਾਮ ਜਪਦਿਆਂ ਇਸ ਜਨਮ ਦੇ ਪਾਪਾਂ ਦਾ ਅੰਤ ਹੋ ਗਿਆ। ਜਿਹੜੇ ਪਿਛਲੇ ਰਹਿ ਗਏ ਬਾਕੀ ਦੇ, ਉਹ ਜਿਹੜਾ ਇਸ ਅਵਸਥਾ ਤੋਂ ਅੱਗੇ ਨਾਮ ਜਪੇਗਾ ਫਿਰ ਉਹ ਸਾਰੇ ਪਾਪ ਉਹ ਵੀ ਨਾਸ ਹੋ ਜਾਣਗੇ, ਉਹਨਾਂ ਦਾ ਵੀ ਲੇਖਾ ਮਿਟ ਜਾਏਗਾ। ਹੋਏ ਪੁਨੀਤ ਮਹਾ ਸੁਖ ਪਾਵੋ, ਐਸਾ ਨਾਮ ਜਪਣ ਵਾਲੇ ਦੀ ਦੇਹ ਪਵਿੱਤਰ ਹੋ ਜਾਂਦੀ ਹੈ, ਹਿਰਦਾ ਪਵਿੱਤਰ ਹੋ ਜਾਂਦਾ, ਐਸੀ ਪਵਿੱਤਰ ਆਤਮਾ ਫਿਰ ਬਹੁਤ ਸੁੱਖ ਨਾਮ ਦੇ ਰਸ ਨੂੰ ਨਾਮ ਦੇ ਆਨੰਦ ਨੂੰ ਐਸੀ ਪਵਿੱਤਰ ਆਤਮਾ ਮਾਣਦੀ ਹੈ, ਸੁੱਖ ਨੂੰ ਪਾਉਂਦਾ ਹੈ। ਨਿਰਮਲ ਅੰਤ ਹੈ ਕਰਨ ਬਣਾਵੋ, ਇਹ ਨਾਮ ਆਪਣੇ ਮਨ ਨੂੰ ਹਿਰਦੇ ਨੂੰ ਹਿਰਦੇ ਨੂੰ ਬਿਲਕੁਲ ਨਿਰਮਲ ਕਰ ਦਿੰਦਾ, ਨਿਰਮਲ ਦਾ ਅਰਥ ਹੁੰਦਾ ਸ਼ੁੱਧ ਕਰ ਦਿੰਦਾ, ਐਨ ਪਵਿੱਤਰ ਬਣ ਜਾਂਦਾ। ਪਵਿੱਤਰ ਮਨ ਦੀ ਨਿਸ਼ਾਨੀ ਕੀ ਹੈ?
ਉੱਥੇ ਮਨ ਵਿੱਚ ਕੋਈ ਪਾਪ ਦਾ ਫੁਰਨਾ ਹੀ ਨਹੀਂ ਉੱਠਦਾ, ਸੰਕਲਪ ਹੀ ਨਹੀਂ ਮਨ ਵਿੱਚ, ਖਿਆਲ ਹੀ ਨਹੀਂ ਆਉਂਦਾ ਹੈ। ਇਉਂ ਨਿਰਮਲ ਹਿਰਦਾ ਸ਼ੁੱਧ ਹੋ ਜਾਂਦਾ ਹੈ, ਨਾਮ ਹਿਰਦਾ ਸ਼ੁੱਧ ਬਣਾ ਦਿੰਦਾ ਹੈ। ਬਹੁਰ ਗਿਆਨ ਕੀ ਉਤਪਤ ਹੋਏ, ਫਿਰ ਬ੍ਰਹਮ ਗਿਆਨ ਦੀ ਉਤਪਤੀ ਹੁੰਦੀ ਹੈ ਗੁਰਸਿੱਖ ਦੇ ਪਾਸ, ਫਿਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ। ਨਹੀਂ ਤਾਂ ਡਿਗਰੀਆਂ ਦੇਣ ਵਾਲੇ ਅੱਜ ਬੜੇ ਤੁਰੇ ਫਿਰਦੇ ਆ, ਅਸੀਂ ਬ੍ਰਹਮ ਗਿਆਨ ਦੀਆਂ ਡਿਗਰੀਆਂ ਦਿੰਦੇ ਹਾਂ। ਸੋ ਸਾਧ ਸਿੰਘ ਜੀ, ਇਹ ਕੋਈ ਦੁਕਾਨਾਂ 'ਤੇ ਵੇਚਣ ਵਾਲਾ ਸੌਦਾ ਥੋੜ੍ਹੋ ਹੈ ਵੀ ਜਿਹੜਾ ਮਰਜ਼ੀ ਦੇ ਦੇਵੇ ਅਤੇ ਜਿਹੜਾ ਮਰਜ਼ੀ ਲੈ ਲਵੇ। ਇਹ ਡਿਗਰੀਆਂ ਨਹੀਂ, ਇਹ ਕਮਾਈ ਹੈ, ਗੁਰੂ ਦੀ ਕਿਰਪਾ ਨਾਲ ਮਿਲਦੀ ਹੈ ਔਰ ਸਾਧਨ ਸੰਪੰਨ ਹੋ ਕੇ ਮਿਲਦੀ ਹੈ, ਫਿਰ ਬ੍ਰਹਮ ਗਿਆਨ ਦੀ ਉਤਪਤੀ ਹੁੰਦੀ ਹੈ, ਪ੍ਰਾਪਤੀ ਹੁੰਦੀ ਹੈ। ਜਨਮ ਮਰਨ ਕੋ ਦੁੱਖ ਸਭ ਖੋਏ, ਜੰਮਣ ਮਰਨ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਆ, ਮੁਕਤ ਹੋ ਜਾਂਦਾ ਉਹ ਪ੍ਰਾਣੀ। ਸ੍ਰੀ ਮੁਖ ਤੇ ਸੁਣ ਸ਼ੁਭ ਉਪਦੇਸ਼, ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਸੱਚੇ ਪਾਤਸ਼ਾਹ ਜੀ ਦਾ ਐਸਾ ਪਵਿੱਤਰ ਸ਼ੁਭ ਤੋਂ ਸ਼ੁਭ ਉਪਦੇਸ਼ ਸੁਣਿਆ ਜਦੋਂ ਇਹਨਾਂ ਨੇ, ਲਾਗੇ ਸਿਮਰਨ ਕਰਨ ਹਮੇਸ਼ਾ, ਹਮੇਸ਼ਾ ਲਈ ਵਾਹਿਗੁਰੂ ਨਾਮ ਜਪਣ ਲੱਗ ਪਏ, ਸਿਮਰਨ ਕਰਨ ਲੱਗ ਪਏ ਹਨ। ਨਿਕਟ ਗੁਰੂ ਕੇ ਸੇਵਤ ਰਹੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਇਹਨਾਂ ਗੁਰਸਿੱਖਾਂ ਨੇ। ਅੰਤ ਪਰਮ ਪਦ ਤੀਨੋਂ ਲਹੇ, ਅੰਤ ਨੂੰ ਵੱਡਾ ਪਰਮ ਪਦ ਮੁਕਤੀ ਦੀ ਦਾਤ, ਮੁਕਤੀ ਦਾ ਥਾਂ ਇਹਨਾਂ ਨੂੰ ਪ੍ਰਾਪਤ ਹੋਇਆ, ਇਹਨਾਂ ਨੇ ਲਿਆ ਤਿੰਨਾਂ ਨੇ ਸਤਿਗੁਰੂ ਜੀ ਦੇ ਦਰ ਤੋਂ। ਦੋਹਰਾ ਗੰਜ ਬਸੈ ਲਵਪੁਰੀ ਕੇ, ਹੁਣ ਸਾਧ ਸੰਗਤ ਜੀ ਅਗਲਾ ਪ੍ਰਸੰਗ ਆਰੰਭ ਹੋਇਆ। ਗੰਜ ਇੱਕ ਬਾਜ਼ਾਰ ਦਾ ਨਾਮ ਹੈ ਲਾਹੌਰ ਸ਼ਹਿਰ ਵਿੱਚ। ਗੰਜ ਦੇ ਲਾਹੌਰ ਦੇ ਵਿੱਚ ਇੱਕ ਗੰਜ ਨਾਮ ਦੇ ਬਾਜ਼ਾਰ ਦੇ ਵਿੱਚ ਮੋਹਨ ਆਲਮ ਚੰਦ, ਇਹ ਸਿੱਖਾਂ ਦੇ ਘਰ ਬਣਾ ਕੇ ਰਹਿੰਦੇ ਸਨ। ਇੱਕ ਦਾ ਨਾਮ ਭਾਈ ਮੋਹਨ ਹੈ, ਦੂਜੇ ਦਾ ਨਾਮ ਆਲਮ ਚੰਦ ਹੈ। ਜੋਧਾ ਜੱਲੋ ਤੁਲਸਪੁਰ, ਤੀਜਾ ਭਾਈ ਜੱਲੋ ਜੋਧਾ ਹੈ, ਚੌਥਾ ਭਾਈ ਤੁਲਸਪੁਰੀਆ ਹੈ। ਚਾਰੋਂ ਵੱਡੇ ਮਸੰਦ, ਇਹ ਚਾਰੇ ਗੁਰੂ ਘਰ ਦੇ ਵੱਡੇ ਮਸੰਦ ਸਨ, ਮੁਖੀ ਸਿੱਖ ਸਨ, ਬੜੇ ਸਨਮਾਨਯੋਗ, ਜਾਣੇ ਪਹਿਚਾਣੇ, ਸੰਗਤਾਂ ਇਹਨਾਂ ਦਾ ਬੜਾ ਸਤਿਕਾਰ ਕਰਦੀਆਂ ਸਨ। ਚੌਪਈ ਸ੍ਰੀ ਅਰਜਨ ਕੀ ਸੇਵਾ ਕਰਹੀ, ਧੰਨ ਗੁਰੂ ਅਰਜਨ ਦੇਵ ਜੀ ਦੇ ਹੁਕਮਾਂ ਅਨੁਸਾਰ ਜੋ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਡਿਊਟੀ ਲਾ ਕੇ ਸੇਵਾ ਲਾਈ ਹੋਈ ਸੀ, ਇਹ ਉਸ ਅਨੁਸਾਰ ਸੇਵਾ ਕਰਦੇ ਸਨ। ਆਨਹਿ ਧਨ ਸਿੱਖਣ ਮੈਂ ਫਿਰਹੀ, ਸਿੱਖਾਂ ਵਿੱਚ ਫਿਰ ਫਿਰ ਕੇ ਗੁਰੂ ਮਹਾਰਾਜ ਦਾ ਦਸਵੰਧ ਲੈ ਕੇ ਆਉਂਦੇ ਸਨ। ਕਿਉਂ ਆਪ ਕਈ ਵਾਰੀ ਸੰਗਤਾਂ ਦੂਰੋਂ ਨਹੀਂ ਚੱਲ ਕੇ ਆ ਜਾਂਦੀਆਂ, ਵੱਖ ਵੱਖ ਇਲਾਕਿਆਂ ਵਿੱਚ ਮਸੰਦਾਂ ਦੀ ਸਿੱਖਾਂ ਦੀ ਡਿਊਟੀ ਲਾਈ ਹੋਈ ਸੀ, ਉਹਨਾਂ ਨੂੰ ਗੁਰੂ ਘਰ ਵੱਲੋਂ ਮਸੰਦ ਥਾਪਿਆ ਹੋਇਆ ਸੀ। ਮਸੰਦ ਦਾ ਅਰਥ ਹੁੰਦਾ ਗੱਦੀ, ਮਸਨਦ ਨਾਮ ਗੱਦੀ ਦਾ, ਭਾਵ ਗੁਰੂ ਘਰ ਵੱਲੋਂ ਉਹਨਾਂ ਨੂੰ ਇਹ ਪਦਵੀ ਦਿੱਤੀ ਜਾਂਦੀ ਸੀ ਕਿ ਭਾਈ ਤੁਸੀਂ ਇਸ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਮੁਖੀ ਦੇ ਤੌਰ 'ਤੇ ਵਿਚਰ ਕੇ ਸੰਗਤ ਕੋਲੋਂ ਗੁਰੂ ਘਰ ਦਾ ਦਸਵੰਧ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਾਉਣਾ ਔਰ ਨਾਲ ਨਾਲ ਸੰਗਤਾਂ ਵਿੱਚ ਗੁਰਮਤ ਅਤੇ ਸਿੱਖੀ ਦਾ ਪ੍ਰਚਾਰ ਵੀ ਕਰਨਾ, ਸੰਗਤਾਂ ਨੂੰ ਗੁਰਮਤ ਦੇ ਨਾਲ ਜੋੜਨਾ, ਇਹ ਡਿਊਟੀਆਂ ਸਨ ਸਤਿਗੁਰਾਂ ਵੱਲੋਂ ਲਾਈਆਂ ਹੋਈਆਂ। ਇਹ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਨੇ ਆਰੰਭ ਕੀਤੀ ਸੀ ਸੰਗਤਾਂ ਦੇ ਭਲੇ ਵਾਸਤੇ,
ਕਿ ਦੂਰੋਂ ਦੂਰੋਂ ਸੰਗਤਾਂ ਜਦੋਂ ਨਹੀਂ ਆ ਸਕਦੀਆਂ ਸਨ, ਉਹਨਾਂ ਦੀ ਸ਼ਰਧਾ ਹੁੰਦੀ ਸੀ ਕਿ ਸਾਡਾ ਤਿਲ ਫੁੱਲ ਕਮਾਈ ਦਾ ਹਿੱਸਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਜਾਏ। ਤਾਂ ਮਹਾਰਾਜ ਜੀ ਨੇ ਇਹ ਸਤਿਕਾਰਯੋਗ ਮਹਾਨ ਪਦਵੀਆਂ ਸੰਗਤਾਂ ਦੇ ਬੇਨਤੀ ਕਰਨ ਤੋਂ ਵੱਖ ਵੱਖ ਇਲਾਕਿਆਂ ਵਿੱਚ ਸਿੱਖਾਂ ਨੂੰ ਬਖਸ਼ੀਆਂ ਹੋਈਆਂ ਸਨ। ਉਹ ਸਿੱਖਾਂ ਵਿੱਚ ਫਿਰ ਫਿਰ ਕੇ ਇਹ ਗੁਰੂ ਕਾ ਦਸਵੰਧ ਲੈ ਕੇ ਆਇਆ ਕਰਦੇ। ਗੁਰ ਬਿਰਾਟ ਕਾ ਖਾਹੇ ਨਾ ਆਪ, ਪਰ ਇੰਨੇ ਸੰਤੋਖੀ ਸਨ ਕਿ ਗੁਰੂ ਘਰ ਦੀ ਬਿਰਾਟ ਕਾ ਇੱਕ ਕੌਡੀ ਵੀ, ਉਦੋਂ ਕੌਡੀਆਂ ਵੀ ਚੱਲਦੀਆਂ ਸਨ, ਸਭ ਤੋਂ ਥੱਲੇ ਦੀ ਕਰੰਸੀ ਸੀ, ਸਭ ਤੋਂ ਘੱਟ ਕਰੰਸੀ, ਕੌਡੀ ਤੱਕ ਨਹੀਂ ਇਹ ਆਪ ਖਾਂਦੇ ਸਨ। ਇੰਨੀ ਇਹਨਾਂ ਦੇ ਅੰਦਰ ਸਾਧ ਸੰਗਤ ਜੀ ਇਮਾਨਦਾਰੀ ਸੀ, ਨਿਰਮਾਣਤਾ ਨਿਸ਼ਕਾਮਤਾ ਨਾਲ ਸੇਵਾ ਕਰਦੇ ਸਨ। ਜਨ ਹੈ ਇਹ ਵਿਸਾਲ ਹੈ ਪਾਪ, ਇਹ ਜਾਣਦੇ ਸਨ ਜਿਹੜਾ ਗੁਰੂ ਘਰ ਦੀ ਮਾਇਆ ਖਾਣੀ ਹੈ, ਦਸਵੰਧ ਖਾਣਾ, ਚੜ੍ਹਤ ਚੜ੍ਹਾਵਾ ਖਾਣਾ, ਇਹ ਬੜਾ ਵੱਡਾ ਪਾਪ ਹੈ। ਜਿਹੜਾ ਬੰਦਾ ਗੁਰੂ ਘਰ ਦੀ ਮਾਇਆ ਖਾਂਦਾ, ਕਹਿੰਦੇ ਇਹ ਇਸ ਤਰ੍ਹਾਂ ਹੈ ਜਿਵੇਂ ਭੋਜਨ ਤਿਆਰ ਕੀਤਾ ਹੋਇਆ ਹੋਵੇ, ਬੰਦਾ ਜਦੋਂ ਖਾਣ ਲੱਗੇ ਉਹਦੇ ਵਿੱਚ ਮੱਖੀ ਪੈ ਜਾਏ। ਬਮਨ ਕਰਾਵੇ ਕਰਹਿ ਨਾ ਰਾਖੀ, ਬੰਦਾ ਮੱਖੀ ਸਮੇਤ ਭੋਜਨ ਖਾ ਲਵੇ ਤਾਂ ਨਾ ਉਹ ਸਾਰਾ ਭੋਜਨ ਮੱਖੀ ਦੇ ਜ਼ਹਿਰ ਕਰਕੇ ਜਾਂ ਮੱਖੀ ਦੇ ਮਾੜੇ ਜਿਹੜੇ ਜਰਾਸੀਮ ਹੁੰਦੇ ਆ ਉਹਦੇ ਕਾਰਨ ਸਾਰੇ ਹੀ ਬਾਹਰ ਆ ਜਾਂਦਾ, ਬਾਹਰ ਕੱਢ ਦਿੰਦੀ ਹੈ। ਤਿਉਂ ਗੁਰ ਕੇ ਧਨ ਕਰੇ ਦੁਰਾਵਨ, ਇਉਂ ਅੰਦਰ ਰੱਖਿਆ ਨਹੀਂ ਰਹਿੰਦਾ, ਬਲਕਿ ਸਾਰਾ ਪਦਾਰਥ ਵੀ ਅੰਦਰੋਂ ਬਾਹਰ ਆ ਜਾਂਦਾ ਹੈ। ਇਵੇਂ ਕਹਿੰਦੇ ਜਿਹੜੇ ਗੁਰੂ ਕੇ ਧਨ ਨੂੰ ਲੁਕਾ ਕੇ ਰੱਖਦੇ ਆ, ਚੋਰੀ ਕਰਦੇ ਆ ਗੁਰੂ ਘਰ ਦੀ ਮਾਇਆ ਦੀ। ਸਰਬ ਪਦਾਰਥ ਕਰੈ ਨਸਾਵਨ, ਕਹਿੰਦੇ ਉਹਨਾਂ ਦੇ ਆਪਣੇ ਨਿੱਜੀ ਘਰ ਦੇ ਵੀ ਜਿੰਨੇ ਪਦਾਰਥ ਹੁੰਦੇ ਆ ਨਾ ਉਹ ਵੀ ਨਾਸ਼ ਹੋ ਜਾਂਦੇ, ਉਹ ਵੀ ਕੋਲੇ ਨਹੀਂ ਰਹਿੰਦੇ, ਉਹ ਵੀ ਘਰੋਂ ਬਾਹਰ ਚਲੇ ਜਾਂਦੇ ਆ। ਹਰ ਸਰੀਰ ਕੋ ਦੇ ਕਰ ਸ਼ੀਨ, ਔਰ ਸਾਧ ਸੰਗਤ ਜੀ ਹਰ ਸਰੀਰ ਕੋ, ਕਹਿੰਦੇ ਜਿਹੜਾ ਬੰਦਾ ਇਸ ਤਰ੍ਹਾਂ ਗੁਰੂ ਦਾ ਧਾਨ ਖਾਂਦਾ ਨਾ ਚੋਰੀ ਕਰਕੇ, ਉਹਦਾ ਅਸਰ ਕੀ ਹੁੰਦਾ ਕਿ ਉਹਦੇ ਸਰੀਰ ਉੱਤੇ ਵੀ ਬੜਾ ਭਾਰੀ ਕਸ਼ਟ ਆਉਂਦਾ, ਭਾਵ ਦੇਹ ਨੂੰ ਵੀ ਸਰੀਰ ਨੂੰ ਵੀ ਰੋਗ ਲੱਗ ਜਾਂਦੇ ਆ, ਔਰ ਉਹ ਦੇਹਾਂ ਵੀ ਸਰੀਰ ਵੀ ਨਾਸ਼ ਹੋ ਜਾਂਦੇ ਆ ਪੂਜਾ ਤਾਂ ਧਾਨ ਖਾਣ ਵਾਲੇ, ਅਤੇ ਜੇ ਘਰ ਵਿੱਚ ਕੋਈ ਆਪਣੇ ਨਿੱਜੀ ਕੰਮਾਂ ਵਿੱਚ ਮਾਇਆ ਨੂੰ ਵਰਤ ਲੈਂਦਾ ਗੁਰੂ ਘਰ ਦੀ ਨੂੰ, ਤਾਂ ਉਹਦਾ ਸਾਰਾ ਪਦਾਰਥ, ਸਾਰਾ ਸੁੱਖ ਦੌਲਤ ਧਨ ਉਹ ਵੀ ਉਹਦੇ ਕੋਲੋਂ ਨਾਸ਼ ਹੋ ਜਾਂਦਾ ਹੈ। ਜਾਂ ਤੇ ਨਹੀਂ ਛਪਾਏ ਪ੍ਰਬੀਨ, ਇਹ ਬੜੇ ਸਿਆਣੇ ਸਿੱਖ ਗੁਰੂ ਘਰ ਦੀ ਮਾਇਆ ਨੂੰ ਕਦੇ ਲੁਕਾ ਕੇ ਨਹੀਂ ਰੱਖਦੇ, ਕਦੇ ਆਪਣੇ ਨਿੱਜੀ ਹਿੱਤਾਂ ਲਈ ਆਪਣੇ ਵਾਸਤੇ ਨਹੀਂ ਵਰਤਦੇ ਸਨ। ਸੋ ਚਾਰ ਹੂੰ ਇੱਕ ਦਿਨ ਰੱਥ ਚੜ੍ਹੇ, ਇਹ ਇੰਨੀ ਇਮਾਨਦਾਰੀ ਨਾਲ ਸੇਵਾ ਕਰਦੇ ਸਨ। ਇਹ ਚਾਰੇ ਇੱਕ ਦਿਨ ਰੱਥ ਉੱਤੇ ਚੜ੍ਹ ਕੇ ਲਾਹੌਰ ਤੋਂ ਧੰਨ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ। ਆਏ ਦਰਸ ਹਿਤ ਆਨੰਦ ਵੱਡੇ, ਬੜਾ ਮਨ ਵਿੱਚ ਆਨੰਦ ਹੈ ਕਿ ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਕਰਾਂਗੇ। ਕੇਤਕ ਪੰਥ ਜਬਹਿ ਚੱਲ ਆਏ, ਜਦੋਂ ਰਸਤੇ ਚੜ੍ਹ ਕੇ ਕਿੰਨਾ ਕੁ ਰਾਹ ਦਾ ਪੰਧ ਤੈਅ ਕਰਕੇ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਆ ਰਹੇ ਸਨ, ਰਸਤੇ ਵਿੱਚ ਨਿਕਸਿਓ ਇੱਕ ਸਰਪ ਅਗਵਾਏ, ਰਸਤੇ ਦੇ ਵਿੱਚ ਇੱਕ ਬੜਾ ਜ਼ਹਿਰੀਲਾ ਨਾਗ ਸੱਪ
ਆਲੇ ਦੁਆਲਿਓਂ ਆ ਕੇ ਸਾਧ ਸੰਗਤ ਜੀ ਰਸਤੇ ਦੇ ਵਿਚਕਾਰ ਖੜ ਕੇ ਆਪਣਾ ਫਣ ਫੈਲਾ ਕੇ ਫਣ ਬਿਲੰਦ ਕੋ ਕਰਕੇ ਉੱਚਾ ਆਪਣਾ ਫਣ ਉੱਚਾ ਕਰਕੇ ਐਨ ਰਸਤੇ ਦੇ ਵਿਚਕਾਰ ਰੱਥ ਦੇ ਸਾਹਮਣੇ ਉਹ ਸੱਪ ਖੜ ਗਿਆ ਹੈ ਰਸਤਾ ਰੋਕ ਕੇ ਸਨਮੁਖ ਰੱਥ ਕੇ ਆਏ ਪਹੁੰਚਾ ਔਰ ਬਿਲਕੁਲ ਰੱਥ ਦੇ ਸਾਹਮਣੇ ਆ ਕੇ ਪਹੁੰਚ ਗਿਆ ਹੈ ਅੱਪੜ ਗਿਆ ਹੈ ਗਰੀ ਅਪਰ ਦਿਸ਼ ਰੱਥ ਤੇ ਸਹੇਰ ਇਹਨਾਂ ਚਾਰੇ ਸਿੱਖਾਂ ਨੇ ਰੱਥ ਚਲਾਉਣ ਵਾਲੇ ਰਥਵਾਨ ਨੂੰ ਹੁਕਮ ਕੀਤਾ ਕਿ ਭਾਈ ਰੱਥ ਪਾਸੇ ਦੀ ਕਰਕੇ ਨੰਘਾ ਲੈ ਤਾਂ ਕਿ ਸੱਪ ਰੱਥ ਥੱਲੇ ਆ ਕੇ ਨਾ ਮਰ ਜਾਏ ਇਉਂ ਰੱਥ ਨੂੰ ਦੂਜੇ ਪਾਸੇ ਦੀ ਪ੍ਰੇਰ ਕੇ ਘੋੜਿਆਂ ਨੂੰ ਦੂਜੇ ਪਾਸੇ ਦੀ ਰੱਥ ਨੂੰ ਲੈ ਕੇ ਚੱਲ ਤਿਤ ਕੋ ਸਮੁਖ ਭਇਓ ਹੈ ਫੇਰ ਜਦੋਂ ਸਾਧ ਸੰਗਤ ਜੀ ਰੱਥ ਦੂਜੇ ਪਾਸੇ ਨੂੰ ਘੁਮਾਇਆ ਸੱਪ ਫੇਰ ਉਹ ਜ਼ਹਿਰੀਲਾ ਨਾਗ ਦੂਜੇ ਪਾਸੇ ਸਾਹਮਣੇ ਆ ਕੇ ਫੇਰ ਖੜ ਗਿਆ ਰਸਤਾ ਰੋਕ ਲਿਆ ਮੋਹਨ ਦੇਖ ਉੱਤਰ ਤਬ ਪਰਿਓ ਬੜੀ ਸੂਖਮ ਬਿਰਤੀ ਦੇ ਮਾਲਕ ਸੇਵਾ ਕਰਨ ਵਾਲੇ ਸਿੱਖ ਸਨ ਸਮਝਦੇ ਸਨ ਸੋਝੀ ਆਉਣੀ ਵੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਆ ਆਮ ਬੰਦੇ ਨੂੰ ਇਹ ਸੋਝੀ ਵੀ ਨਹੀਂ ਆਉਂਦੀ ਭਾਈ ਮੋਹਨ ਉੱਤਰ ਗਿਆ ਕਹਿੰਦਾ ਕੋਈ ਕਾਰਨ ਹੈ ਜਿਹੜਾ ਸੱਪ ਸਾਡਾ ਰਸਤਾ ਰੋਕਦਾ ਹੈ ਇਸ ਲਈ ਭਾਈ ਮੋਹਨ ਰੱਥ ਤੋਂ ਥੱਲੇ ਉਤਰਿਆ ਇੱਕ ਘਟ ਲੈ ਇਹ ਆਗੇ ਧਰਿਓ ਇੱਕ ਖਾਲੀ ਘੜਾ ਲੈ ਕੇ ਉੱਤੋਂ ਚੱਪਣ ਚੱਕ ਕੇ ਉਹ ਸੱਪ ਦੇ ਅੱਗੇ ਰੱਖ ਦਿੱਤਾ ਘੜਾ ਭਾਈ ਮੋਹਨ ਜੀ ਨੇ ਕਹਿਓ ਦਰਸ਼ਕੋ ਕਹਿਓ ਦਰਸ਼ਗੁਰ ਕੋ ਜੇ ਚਾਹੇ ਔਰ ਉੱਚੀ ਦੇ ਕੇ ਕਹਿਣ ਲੱਗੇ ਭਲਿਆ ਜੇ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਤੇਰੀ ਇੱਛਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨੇ ਹਨ ਤਾਂ ਪ੍ਰਵੇਸ਼ ਕਰ ਇਸ ਘਟ ਮਾਹੇ ਤਾਂ ਫਿਰ ਇਸ ਘੜੇ ਦੇ ਵਿੱਚ ਪ੍ਰਵੇਸ਼ ਕਰ ਜਾ ਇਸ ਘੜੇ ਦੇ ਵਿੱਚ ਆ ਜਾ ਪੰਨਗ ਬਰਿਓ ਬੀਚ ਤਤਕਾਲ ਇਹਨਾਂ ਬਚਨ ਕਰਨ ਦੀ ਦੇਰ ਸੀ ਉਹ ਪੰਨਗ ਜਿਹੜਾ ਨਾਗ ਸੀ ਜ਼ਹਿਰੀਲਾ ਇੱਕ ਪਲ ਵਿੱਚ ਹੀ ਬਹੁਤ ਛੇਤੀ ਉਸ ਘੜੇ ਦੇ ਵਿੱਚ ਵੜ ਕੇ ਬੈਠ ਗਿਆ ਮੁਖ ਆਸ਼ਾਦ ਕਟੋਰੇ ਨਾਲ ਭਾਈ ਮੋਹਨ ਨੇ ਕਟੋਰੇ ਨਾਲ ਉਸ ਘੜੇ ਦਾ ਮੂੰਹ ਅੱਗੋਂ ਚੰਗੀ ਤਰ੍ਹਾਂ ਢੱਕ ਕੇ ਬੰਦ ਕਰ ਦਿੱਤਾ ਹੈ ਰੱਥ ਮੈਂ ਧਰ ਕਰ ਆਏ ਸੁਦਾਸਾ ਉਹ ਘੜਾ ਵੀ ਨਾਲ ਹੀ ਰੱਖ ਕੇ ਅੰਮ੍ਰਿਤਸਰ ਸਾਹਿਬ ਵਿਖੇ ਇਹ ਚਾਰੇ ਸਿੱਖ ਪਹੁੰਚ ਗਏ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਪ੍ਰਥਮੇ ਡੇਰਾ ਕੀਨ ਉੱਤਰ ਕਰ ਪਹਿਲਾਂ ਤਾਂ ਰੱਥ ਤੋਂ ਉੱਤਰ ਕੇ ਜਿੱਥੇ ਗੁਰਸਿੱਖਾਂ ਨੇ ਆਸਣ ਲਵਾਇਆ ਡੇਰਾ ਲਵਾਇਆ ਉੱਥੇ ਉਤਾਰਾ ਕੀਤਾ ਹੁਣ ਸ੍ਰੀ ਅਰਜਨ ਕੇ ਢਿੱਗ ਆਏ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇਸ਼ਨਾਨ ਕਰਕੇ ਸਾਫ ਵਸਤਰ ਪਾ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਚਰਨਾਂ ਵਿੱਚ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹੈ ਹੱਥ ਬੰਦ ਕਰ ਮਾਥ ਨਿਵਾਏ ਹੱਥ ਜੋੜ ਕੇ ਸਤਿਗੁਰਾਂ ਨੂੰ ਬੜੀ ਸ਼ਰਧਾ ਨਾਲ ਮਸਤਕ ਧਰਤੀ ਤੇ ਲਾ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਕਹਿਓ ਗੁਰੂ ਤੁਮ ਕੇਤਕ ਅਹੋ ਸਤਿਗੁਰੂ ਜੀ ਨੇ ਸਵਾਲ ਕਰ ਦਿੱਤਾ ਕਹਿੰਦੇ ਭਾਈ ਤੁਸੀਂ ਕਿੰਨੇ ਸਿੱਖ ਹੋ ਕਿੰਨੇ ਜਣੇ ਤੁਸੀਂ ਦਰਸ਼ਨ ਕਰਨ ਆਏ ਹੋ ਇੱਥੇ ਦਰਸ਼ਨ ਹਿਤ ਆਏ ਸੋ ਕਹੋ ਜਿੰਨੇ ਤੁਸੀਂ ਦਰਸ਼ਨ ਕਰਨ ਵਾਸਤੇ ਆਏ ਹੋ ਦੱਸੋ ਸਾਨੂੰ ਸੁਣ ਕੇ ਕਹਿਓ ਗਰੀਬ ਨਿਵਾਜ ਸੁਣ ਕੇ ਇਹਨਾਂ ਨੇ ਕਿਹਾ ਹੇ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ
ਆਪ ਜੀ ਨੂੰ ਸਾਡੀ ਬੇਨਤੀ ਹੈ। ਹਮ ਚਾਰੋਂ ਪ੍ਰਾਪਤ ਪਏ ਆਜ, ਅੱਜ ਤਾਂ ਅਸੀਂ ਚਾਰ ਸਿੱਖ ਹੀ ਆਏ ਹਾਂ ਕੇਵਲ, ਅੱਗੇ ਕਈ ਵਾਰੀ ਵੱਧ ਵੀ ਹੁੰਦੇ ਆ ਸਾਡੇ ਨਾਲ, ਪਰ ਅੱਜ ਮਹਾਰਾਜ ਅਸੀਂ ਚਾਰ ਸਿੱਖ ਹੀ ਤੁਹਾਡੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ। ਗੁਰ ਬੋਲੇ ਸਿੱਖ ਪੰਚੋ ਇਹੋ, ਮਹਾਰਾਜ ਕਹਿੰਦੇ ਚਾਰ ਨਹੀਂ ਤੁਸੀਂ ਪੰਜ ਸਿੱਖ ਹੋ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਚਾਰ ਨਹੀਂ ਤੁਸੀਂ ਪੰਜ ਸਿੱਖ ਆਇਓ ਸਤ ਸਾਡੇ ਦਰ ਦੇ ਉੱਤੇ। ਪੰਚਨ ਕੋ ਪ੍ਰਸਾਦ ਇਨ ਦੇਹੋ, ਪ੍ਰਸ਼ਾਦ ਵੰਡਣ ਵਾਲੇ ਸਿੱਖ ਨੂੰ ਵਰਤਾਵੇ ਨੂੰ ਕਹਿਣ ਲੱਗੇ ਭਾਈ ਇਹਨਾਂ ਨੂੰ ਪੰਜ ਸਿੱਖਾਂ ਦਾ ਪ੍ਰਸ਼ਾਦ ਦਾ ਗੱਫਾ ਦੇ, ਵਰਤਾਰਾ ਦੇ, ਇਹ ਪੰਜ ਜਣਿਆਂ ਦਾ ਵਰਤਾਰਾ ਦੇਣਾ ਕਰ। ਘਟ ਮਹਿ ਮੇਲ ਸਰਪ ਜੋ ਆਨਾ, ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ ਜਿਹੜਾ ਤੁਸੀਂ ਘੜੇ ਵਿੱਚ ਬੰਦ ਕਰਕੇ ਸੱਪ ਲਿਆਂਦਾ ਹੈ, ਪੂਰਬ ਜਨਮ ਮਸੰਦ ਮਹਾਨਾ, ਆਖੋ ਭਾਈ ਵਾਹਿਗੁਰੂ। ਕਹਿੰਦੇ ਪਿਛਲੇ ਜਨਮ ਦਾ ਇਹ ਬਹੁਤ ਵੱਡਾ ਮਸੰਦ ਹੈ, ਮਸੰਦ ਅੱਜ ਕੱਲ੍ਹ ਵਰਗੇ ਤਰਕਵਾਦੀ ਹੁੰਦੇ ਕਹਿੰਦੇ ਗੱਲਾਂ ਹੀ ਬਣਾਈਆਂ ਸ਼ਰਧਾ ਭਾਵਨਾ ਬਣਾਉਣ ਵਾਸਤੇ ਲੋਕਾਂ ਨੂੰ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਾਂ ਨਹੀਂ ਨਾ ਕਿਸੇ ਨੇ ਜਾ ਕੇ ਦੱਸਿਆ ਪਹਿਲਾਂ ਵੀ ਘੜੇ ਵਿੱਚ ਸੱਪ ਲਿਆਂਦਾ, ਉਹ ਤਾਂ ਸਤਿਗੁਰੂ ਅੰਤਰਜਾਮਤਾ ਨਾਲ ਦੱਸ ਰਹੇ ਹੈ ਨਾ। ਇਉਂ ਸਾਧ ਸਿੰਘ ਜੀ ਉਸ ਵਕਤ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਪਿਛਲੇ ਜਨਮ ਦਾ ਵੱਡਾ ਭਾਰੀ ਮਸੰਦ ਹੈ, ਹਿਰਦਾ ਹੰਕਾਰ ਵਿਖੇ ਰਹਿ ਪਾਗੇ, ਇਹਦਾ ਹਿਰਦਾ ਵੱਡਾ ਮਸੰਦ ਦਾ ਉਹਦਾ ਹੋਣ ਕਰਕੇ ਦੇ ਪਾਸ ਇਹਦਾ ਹਿਰਦਾ ਹੰਕਾਰ ਵਿੱਚ ਹੀ ਭਰਿਆ ਰਹਿੰਦਾ ਸੀ ਚੌਵੀ ਘੰਟੇ, ਬਹੁਤ ਵੱਡਾ ਇਹ ਹੰਕਾਰੀ ਸੀ ਹਿਰਦੇ ਕਰਕੇ। ਨਹੀਂ ਨਿਮਿਓ ਇਹ ਸਿੱਖਨ ਆਗੇ, ਆਖੋ ਭਾਈ ਵਾਹਿਗੁਰੂ ਇਹ ਸਿੱਖਾਂ ਦੇ ਅੱਗੇ ਕਦੇ ਨਿਵਿਆ ਨਹੀਂ, ਝੁਕਿਆ ਨਹੀਂ, ਕਿਸੇ ਦੇ ਅੱਗੇ ਨਿਭ ਕੇ ਕਿਸੇ ਸਿੱਖ ਨੂੰ ਇਹਨੇ ਨਮਸਕਾਰ ਨਹੀਂ ਕੀਤੀ, ਨਿਮਰਤਾ ਨਹੀਂ ਰੱਖੀ, ਹੰਕਾਰ ਵਿੱਚ ਹੀ ਆਕੜਿਆ ਰਿਹਾ। ਜਾਂ ਤੇ ਫਲ ਉੱਚੋ ਗਤ ਪਾਈ, ਉਹ ਸੁਭਾਨ ਇਹਦਾ ਗਿਆ ਮਰ ਕੇ ਸੱਪ ਬਣ ਗਿਆ, ਪਰ ਹੰਕਾਰ ਅਜੇ ਵੀ ਉਵੇਂ ਦਾ ਉਵੇਂ ਹੈ, ਉੱਚਾ ਫਣ ਕਰ ਕਰਕੇ ਕਹਿੰਦੇ ਤੁਹਾਡੇ ਸਾਹਮਣੇ ਖੜਾ ਸੀ ਨਾ, ਇਹ ਹੰਕਾਰੀ ਸੁਭਾਅ ਦਾ ਕਾਰਨ ਹੈ ਇਹਦਾ, ਇਸ ਕਰਕੇ ਤਾਂ ਹੀ ਇਹਦੀ ਐਸੀ ਹਾਲਤ, ਹੰਕਾਰੀ ਜ਼ਹਿਰੀਲੇ ਨਾਗ ਵਰਗੀ ਹੰਕਾਰੀ ਬਿਰਤੀ ਵਾਲਾ ਇਹਦਾ ਸੁਭਾਅ ਉਵੇਂ ਬਣਿਆ ਰਹਿ ਗਿਆ ਅਗਲੀ ਜੂਨੀ ਵਿੱਚ। ਔਰ ਇਨ ਗੁਰ ਕੀ ਕਾਰ ਛਪਾਈ, ਦੂਜਾ ਇਹਦਾ ਗੁਨਾਹ ਇਹਨੇ ਗੁਰੂ ਘਰ ਦੀ ਕਾਰ ਭੇਟਾ ਮਾਇਆ ਲੁਕਾ ਕੇ ਆਪਣੇ ਘਰ ਵਿੱਚ ਰੱਖਦਾ ਰਿਹਾ, ਭਾਵ ਗੁਰੂ ਘਰ ਦੀ ਗੋਲਕ ਗੁਰੂ ਘਰ ਦਾ ਧਾਨ ਚੋਰੀ ਕਰਕੇ ਰੱਖਦਾ ਰਿਹਾ। ਜਾਂ ਤੇ ਬਣਿਓ ਸਰਪ ਬਿਖ ਬਿਖ ਪੂਰ, ਗੁਰਬਾਣੀ ਵਿੱਚ ਵੀ ਆਉਂਦਾ ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ, ਜੇ ਮਰੈ ਸਰਪ ਡੋਨ ਵਲਵਲ ਉਤਰੈ, ਅੰਤ ਦੇ ਸਮੇਂ ਜਿਹੜਾ ਬੰਦਾ ਮਾਇਆ ਵਿੱਚ ਧਨ ਵਿੱਚ ਖਿਆਲ ਦੇ ਜਾਂਦਾ ਨਾ, ਉਹ ਮਰ ਕੇ ਸਾਧ ਸੰਗਤ ਜੀ ਸੱਪ ਬਣਦਾ ਸੱਪ। ਇਸ ਕਰਕੇ ਗੁਰਬਾਣੀ ਵੀ ਇਸ ਗੱਲ ਦਾ ਪ੍ਰਮਾਣ ਦਿੰਦੀ ਹੈ, ਮਹਾਰਾਜ ਕਹਿੰਦੇ ਇਸ ਕਰਕੇ ਮਾਇਆ ਵਿੱਚ ਇਹਦਾ ਖਿਆਲ ਰਹਿਣ ਕਰਕੇ ਨਾ, ਜਿਹੜੀ ਚੋਰੀ ਕਰ ਕਰਕੇ ਮਾਇਆ ਘਰ ਵਿੱਚ ਗੁਰੂ ਘਰ ਦੀ ਰੱਖੀ ਸੀ ਔਰ ਮਰਨ ਲੱਗਿਆਂ ਦਾ ਧਿਆਨ ਉਹਦੇ ਵਿੱਚ ਰਹਿ ਗਿਆ, ਤਾਂ ਕਰਕੇ ਬੜਾ ਭਿਆਨਕ ਜ਼ਹਿਰੀਲਾ ਇਹ ਸੱਪ ਬਣਿਆ ਹੈ। ਅਬ ਲਿਆਵੋ ਹਮਰੇ ਸੋ ਹਜੂਰ, ਇਹ ਉਹ ਘੜੇ ਵਾਲਾ ਜਿਹੜਾ ਮਸੰਦ ਪਿਛਲੇ ਜਨਮ ਦਾ ਤੁਸੀਂ ਨਾਲ ਲੈ ਕੇ ਆਇਓ, ਉਹ ਘੜਾ ਚੁੱਕ ਕੇ ਲਿਆਓ ਸਾਡੀ ਹਜ਼ੂਰੀ ਵਿੱਚ।
ਸੁਣ ਗੁਰ ਪਾਕ ਉਠਾਏ ਸੋ ਲਿਆਏ। ਸਤਿਗੁਰੂ ਜੀ ਦਾ ਬਚਨ ਸੁਣ ਕੇ ਆਪਣੇ ਡੇਰੇ ਵਿੱਚੋਂ ਇਹ ਸਿੱਖੋ ਘੜਾ ਚੁੱਕ ਕੇ ਲਿਆਏ। ਜਦੋਂ ਸਤਿਗੁਰਾਂ ਨੇ ਆਗਿਆ ਕੀਤੀ ਧਰ ਦੀਵਾਨ ਮਹਿ ਮੁਖ ਉਗਰਾਏ, ਦੀਵਾਨ ਵਿੱਚ ਸਤਿਗੁਰਾਂ ਦੇ ਅੱਗੇ ਰੱਖ ਕੇ ਉੱਤੋਂ ਸਾਧ ਸੰਗਤ ਜੀ ਉਹ ਬਰਤਨ ਜਿਹੜਾ ਕੌਲਾ ਰੱਖਿਆ ਹੋਇਆ ਸੀ ਨਾ ਉਹ ਉਸੇ ਵਕਤ ਕਟੋਰਾ ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਚੁੱਕ ਦਿਓ ਇਹਦਾ ਮੂੰਹ ਜਿਹੜਾ ਬੰਦ ਕੀਤਾ ਖੋਲ ਦਿਓ। ਫਣ ਉਠਾਏ ਕਰ ਨਿਕਸਿਓ ਬਾਹਰ, ਬੜਾ ਉੱਚਾ ਫਣ ਘੜੇ ਵਿੱਚੋਂ ਕੱਢ ਕੇ ਸਭ ਤੋਂ ਪਹਿਲਾਂ ਫਣ ਫੈਲਾ ਕੇ ਘੜੇ ਦੇ ਵਿੱਚੋਂ ਬਾਹਰ ਆਇਆ। ਜਦੋਂ ਇਹ ਖਰੋ ਸਭਨ ਮੈਂ ਹੇਰਿਓ ਜਾਹਰ, ਸਾਰਿਆਂ ਦੇ ਸਾਹਮਣੇ ਸਤਿਗੁਰੂ ਜੀ ਦੇ ਸਾਹਮਣੇ ਖੜਾ ਹੋ ਗਿਆ ਉੱਚਾ ਫਣ ਫੈਲਾ ਕੇ ਔਰ ਸਾਰੀਆਂ ਸੰਗਤਾਂ ਨੇ ਵੇਖਿਆ। ਗੁਰੂ ਕਹਿਓ ਸਾਰੇ ਅੰਮ੍ਰਿਤ ਆਨੋ, ਮਹਾਰਾਜ ਕਹਿਣ ਲੱਗੇ ਭਾਈ ਅੰਮ੍ਰਿਤ ਸਰੋਵਰ ਵਿੱਚੋਂ, ਅੰਮ੍ਰਿਤ ਸਰ ਸਰੋਵਰ ਹੈ ਨਾ ਜਿਹੜਾ, ਮਹਾਰਾਜ ਕਹਿੰਦੇ ਸਰ ਨਾਮ ਸਰੋਵਰ ਦਾ, ਮਹਾਰਾਜ ਕਹਿੰਦੇ ਸਰੋਵਰ ਦਾ ਅੰਮ੍ਰਿਤ ਲੈ ਕੇ ਆਓ, ਪਾਣੀ ਨਹੀਂ ਕਿਹਾ ਨਾ ਜਲ ਕਿਹਾ। ਸਤਿਗੁਰੂ ਕਹਿੰਦੇ ਸਰੋਵਰ ਦਾ ਅੰਮ੍ਰਿਤ ਜਲ ਲੈ ਕੇ ਆਉਣਾ ਕਰੋ। ਸਭ ਤਨ ਪਰ ਸਿਰ ਕਾਬਨ ਠਾਨੋ, ਔਰ ਵਾਹਿਗੁਰੂ ਕਹਿ ਕੇ ਉਹ ਅੰਮ੍ਰਿਤ ਇਹਦੇ ਸਰੀਰ ਉੱਤੇ ਛਿੱਟਾ ਦੇਣਾ ਕਰੋ ਚੰਗੀ ਤਰ੍ਹਾਂ, ਸਾਰਾ ਜਲ ਦਾ ਛਿੱਟਾ ਅੰਮ੍ਰਿਤ ਦਾ ਛਿੱਟਾ ਦਿਓ। ਤਤ ਸ਼ਿਨ ਇਹ ਤਨ ਤਿਆਗ ਦਇਓ ਹੈ, ਸਾਧ ਸੰਗਤ ਜੀ ਸਿੱਖਾਂ ਨੇ ਅੰਮ੍ਰਿਤ ਲਿਆ ਕੇ ਸਰੋਵਰ ਦਾ ਜਦੋਂ ਉੱਤੇ ਛਿੱਟਾ ਮਾਰਿਆ ਨਾ ਉਸੇ ਵਕਤ ਇਹ ਸੱਪ ਦੀ ਦੇਹ ਛੁੱਟ ਗਈ, ਭਾਵ ਸਰੀਰ ਤਿਆਗ ਦਿੱਤਾ ਇਸ ਨੇ। ਰੂਪ ਪ੍ਰਕਾਸ਼ ਆਕਾਸ਼ ਗਇਓ ਹੈ, ਉਸ ਦੇ ਵਿੱਚੋਂ ਇੱਕ ਪ੍ਰਕਾਸ਼ ਵਾਲੀ ਜੋਤੀ ਨਿਕਲੀ, ਦਿਵ ਪ੍ਰਕਾਸ਼ ਵਾਲੀ, ਔਰ ਉਸੇ ਵਕਤ ਦੇਖਦਿਆਂ ਦੇਖਦਿਆਂ ਆਕਾਸ਼ ਵੱਲ ਨੂੰ ਚਲੀ ਗਈ ਉਡਾਰੀ ਮਾਰ ਕੇ। ਸ੍ਰੀ ਅੰਮ੍ਰਿਤਸਰ ਦਰਸ਼ਨ ਕਰੇ, ਧੰਨ ਗੁਰੂ ਅਰਜਨ ਦੇਵ ਜੀ ਨੇ ਕਿਹਾ ਭਾਈ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਕਰੇਗਾ ਸਿੱਖ ਅਨਕ ਅਗਨ ਕੋ ਸੋ ਨਰ ਹਰੇ, ਉਹਦੇ ਅਨੇਕਾਂ ਪਾਪ ਨਾਸ ਹੋ ਜਾਣਗੇ ਦਰਸ਼ਨ ਕਰਨ ਨਾਲ। ਆਖੋ ਭਾਈ ਵਾਹਿਗੁਰੂ ਅਨੇਕਾਂ ਪਾਪਾਂ ਦਾ ਨਾਸ ਹੋ ਜਾਏਗਾ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰੇਗਾ, ਪਾਪੀ ਤੋਂ ਪਾਪੀ ਵੀ ਉਧਰ ਜਾਏਗਾ। ਜੇ ਸ਼ਰਧਾ ਸੰਗ ਕਰੇ ਇਸ਼ਨਾਨ, ਇਹ ਤਾਂ ਕੱਲਾ ਦਰਸ਼ਨਾਂ ਦਾ ਫਲ ਹੈ। ਕਹਿੰਦੇ ਜਿਹੜਾ ਸ਼ਰਧਾ ਦੇ ਨਾਲ, ਸ਼ਰਧਾ ਦਾ ਨਾਲ ਪੱਖ ਰੱਖਿਆ, ਜਿਹੜਾ ਸ਼ਰਧਾ ਭਾਵਨਾ ਨਾਲ ਸਰੋਵਰ ਵਿੱਚ ਇਸ਼ਨਾਨ ਕਰੇਗਾ, ਤਿੰਨ ਕੋ ਕਿਉਂ ਨਾ ਹੋਏ ਕਲਿਆਣ, ਉਹਨਾਂ ਦੀ ਮੁਕਤੀ ਕਿਉਂ ਨਹੀਂ ਹੋਏਗੀ, ਜ਼ਰੂਰ ਹੋਏਗੀ। ਅੰਮ੍ਰਿਤ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਜ਼ਰੂਰ ਉਹਨਾਂ ਦੀ ਕਲਿਆਣ ਮੁਕਤੀ ਹੋਏਗੀ। ਸੱਚੇ ਪਾਤਸ਼ਾਹ ਕਹਿੰਦੇ ਐਡਾ ਵੱਡਾ ਫਲ, ਸਾਧ ਸੰਗਤ ਜੀ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰੈ ਕੀਨੇ ਦਾਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇਉਂ ਮਹਾਰਾਜ ਦੀਆਂ ਉਹਨਾਂ ਉੱਤੇ ਭਾਈ ਸਤਿਗੁਰੂ ਜੀ ਨੇ ਆਪ ਫੁਰਮਾਨ ਕੀਤਾ ਹੈ, ਡਿੱਠੇ ਸੰਭੇ ਥਾਮ ਨਹੀਂ ਤੁਧ ਡੇਹਿਆ, ਬਧੋ ਪੁਰਖ ਬੰਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨਾ ਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਹਰ ਹਾਂ ਮਾਤਾ ਗੰਗਾ ਜੀ ਦੇ ਛੋਟੇ ਭੈਣ ਜੀ ਸਨ, ਉਹਨਾਂ ਪ੍ਰਥਾਏ ਮਹਾਰਾਜ ਜੀ ਨੇ ਇਹ ਫੁਨਹੇ ਬਾਣੀ ਉਚਾਰੀ ਸੀ ਜਦੋਂ ਮਾਓ ਸਾਹਿਬ ਵਿੱਚ ਮਾਤਾ ਗੰਗਾ ਜੀ ਦੇ ਨਾਲ ਸਤਿਗੁਰੂ ਜੀ ਦੇ ਆਨੰਦ ਕਾਰਜ ਹੋਏ।
ਮਹਾਰਾਜ ਕਿਹਾ ਹਰ ਹਾਂ ਜਿਹੜਾ ਅੰਮ੍ਰਿਤ ਸਰੋਵਰ ਦੇ ਵਿੱਚ ਹਰ ਪੌੜੀ ਦੇ ਅੱਗੇ ਹਰ ਹਾਂ ਸ਼ਬਦ ਲੱਗਾ ਇਸ ਸ਼ਬਦ ਵਿੱਚ ਸਾਰੇ ਵਿੱਚ ਜਿਹੜਾ ਇਸ ਸਰੋਵਰ ਦੇ ਵਿੱਚ ਆ ਕੇ ਭਾਈ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਇਸ਼ਨਾਨ ਕਰੇਗਾ ਨਾ ਉਹਦੇ ਸਾਰੇ ਪਾਪ ਨਾਸ ਹੋ ਜਾਣਗੇ। ਗੁਰਬਾਣੀ ਦੀ ਸਭ ਤੋਂ ਅਕੱਟ ਦਲੀਲ ਹੈ, ਸਤਿਗੁਰੂ ਦੇ ਮੁਖਾਰ ਬਿੰਦ ਦੇ ਬਚਨ ਹੈ। ਜੇ ਕਹੋ ਇਕੱਲਾ ਇਤਿਹਾਸ ਵਿੱਚ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਅੰਮ੍ਰਿਤ ਸਰੋਵਰ ਦੀ ਮਹਿਮਾ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਤੋਂ ਕੀਤੀ ਆ। ਹਰ ਹਾਂ ਨਾਨਕ ਅਸਮਲ ਜਾਹੇ ਨਹਾਇਆ ਰਾਮਦਾਸ ਸਰ, ਧੰਨ ਗੁਰੂ ਰਾਮਦਾਸ ਜੀ ਜਿਹੜਾ ਤੁਹਾਡੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ ਨਾ ਉਹਦੇ ਸਾਰੇ ਪਾਪਾਂ ਦਾ ਨਾਸ ਹੋ ਜਾਏਗਾ। ਜਦੋਂ ਪਾਪ ਨਾਸ ਹੁੰਦੇ ਆ ਉਦੋਂ ਹੁੰਦਾ ਕੀ ਹੈ, ਬੰਦਾ ਮੁਕਤ ਹੋ ਜਾਂਦਾ, ਮੁਕਤੀ ਪ੍ਰਾਪਤ ਹੋਣੀ ਆ ਉਹਨੂੰ। ਅਤੇ ਇੱਥੇ ਵੀ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਸਰੋਵਰ ਵਿੱਚ ਸ਼ਰਧਾ ਨਾਲ ਇਸ਼ਨਾਨ ਕਰੇਗਾ ਕਿਉਂ ਨਾ ਉਹਦੀ ਕਿਉਂ ਨਹੀਂ ਕਲਿਆਣ ਹੋਏਗੀ, ਅਵਸ਼ ਹੋਏਗੀ। ਇਹ ਫਲ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਦਾ ਅਤੇ ਅੰਮ੍ਰਿਤ ਸਰੋਵਰ ਦਾ ਸਤਿਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਆਪ ਉਚਾਰਨ ਕੀਤਾ ਹੈ। ਗੁਰਸੰਗਤ ਜੀ ਸਮਾਂ ਹੁਣ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਆਓ ਜਿਹੜੇ ਲੋਕ ਗੁਰੂ ਘਰ ਦੀਆਂ ਨਾ ਮਹਾਨ ਪਰੰਪਰਾਵਾਂ ਉੱਤੇ ਨੁਕਤਾਚੀਨੀ ਕਰਦੇ ਹੈ ਉਹਨਾਂ ਲੋਕਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੰਗਤ ਜੀ ਆਪਾਂ ਸਾਵਧਾਨ ਰਹਿਣਾ। ਹਰ ਗੁਰਸਿੱਖ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਵਕਤ ਕੱਢ ਕੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਔਰ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕਰਨ ਵਾਸਤੇ ਜਾਣਾ ਚਾਹੀਦਾ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਲਕੱਤੇ ਗਏ, ਅਚਾਨਕ ਸਿੰਘਾਂ ਨੂੰ ਕਹਿੰਦੇ ਭਾਈ ਟਿਕਟਾਂ ਕਰਾਓ, ਹਰਿਮੰਦਰ ਸਾਹਿਬ ਦਰਸ਼ਨ ਅਤੇ ਇਸ਼ਨਾਨ ਕਰਕੇ ਆਉਣਾ। ਉਦੋਂ ਕਿੰਨਾ ਔਖਾ ਪੰਧ ਹੁੰਦਾ ਸੀ, ਵਿੱਚੋਂ ਹੀ ਪ੍ਰੋਗਰਾਮ ਦੇ ਵਿੱਚੋਂ ਹੀ ਪੰਜ ਚਾਰ ਸਿੰਘਾਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਆਏ, ਇਸ਼ਨਾਨ ਕਰਕੇ ਸਰੋਵਰ ਵਿੱਚ ਦੇ ਕਰਾ ਕੇ ਵਾਪਸ ਚਲੇ ਗਏ। ਅਚਾਨਕ ਹੀ ਕਹਿ ਦਿੰਦੇ ਸਨ ਕਿ ਸਾਨੂੰ ਦਰਬਾਰ ਸਾਹਿਬ ਲੈ ਕੇ ਜਾਓ, ਸਤਿਗੁਰਾਂ ਦੇ ਦਰਸ਼ਨ ਔਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਆਉਣਾ। ਇੰਨੀ ਸ਼ਰਧਾ ਸਤਿਪੁਰਸ਼ਾਂ ਦੀ, ਮਹਾਂਪੁਰਖਾਂ ਦੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਜਦੋਂ ਜੱਥਾ ਪਿੰਡਾਂ ਵਿੱਚ ਵਿਚਰਦਾ, ਅਚਾਨਕ ਹੀ ਮਿੰਨੀ ਬੱਸ ਲੈ ਜਾਣੀ, ਅੰਮ੍ਰਿਤ ਵੇਲੇ ਦਰਬਾਰ ਸਾਹਿਬ ਇਸ਼ਨਾਨ ਕਰਕੇ ਦਰਸ਼ਨ ਕਰਕੇ ਦੇ ਕਰਾ ਕੇ ਸਵੇਰ ਦੀ ਕਥਾ ਵਿੱਚ ਆ ਕੇ ਮਹਾਂਪੁਰਖਾਂ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਥਾ ਸੁਣਾ ਦੇਣੀ। ਇੰਨੀ ਉਹਨਾਂ ਸਤਿਪੁਰਸ਼ਾਂ ਦੀ ਸ਼ਰਧਾ ਭਾਵਨਾ ਸੀ। ਅਤੇ ਜੇ ਇੰਨੇ ਇੰਨੇ ਮਹਾਨ ਮਹਾਂਪੁਰਖ ਇੰਨੀ ਸ਼ਰਧਾ ਰੱਖਦੇ ਰਹੇ ਹੈ ਤਾਂ ਭਾਈ ਸਾਨੂੰ ਕਿਉਂ ਨਹੀਂ ਰੱਖਣੀ ਚਾਹੀਦੀ? ਵੱਡਿਆਂ ਨੂੰ ਵੇਖ ਕੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ, ਤੁਰਨਾ ਚਾਹੀਦਾ। ਇਸ ਕਰਕੇ ਜੇ ਉਹਨਾਂ ਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਸੀ ਤਾਂ ਸਾਡੇ ਮਨ ਵਿੱਚ ਸ਼ੰਕਾ ਕਿਉਂ ਆਉਂਦੀ ਹੈ? ਜੇ ਸ਼ੰਕਾ ਆਉਂਦੀ ਹੈ ਤਾਂ ਮਹਾਰਾਜ ਅੱਗੇ ਅਰਦਾਸ ਕਰੋ, ਇਹ ਸ਼ੰਕਾ ਮਨ ਵਿੱਚ ਰਹਿਣ ਨਹੀਂ ਦੇਣੀ। ਜੇ ਰਹਿੰਦੀ ਹੈ ਤਾਂ ਸਮਝ ਲਓ ਸਾਡੇ ਨਾਲੋਂ ਵੱਡਾ ਕੋਈ ਪਾਪੀ ਹੋਰ ਨਹੀਂ। ਜਿਹੜਾ ਸ਼ੰਕਾ ਪਾਉਂਦਾ ਉਹ ਇਸ ਧਰਤੀ ਦਾ ਸਭ ਤੋਂ ਵੱਡਾ ਮਹਾਨ ਪਾਪੀ ਮਨੁੱਖ ਹੈ। ਇਸ ਕਰਕੇ ਗੁਰੂ ਕੇ ਸਰੋਵਰਾਂ 'ਤੇ, ਗੁਰੂ ਕੇ ਅਸਥਾਨਾਂ 'ਤੇ ਹਮੇਸ਼ਾ ਬਹੁਤ ਸ਼ਰਧਾ ਔਰ ਭਾਵਨਾ, ਦ੍ਰਿੜ ਭਰੋਸਾ ਰੱਖਣਾ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਅਚਾਨਕ ਹੀ ਸਿੰਘਾਂ ਨੂੰ ਰਾਤ ਨੂੰ 12 ਵਜੇ ਕਹਿਣਾ, ਉੱਠੋ ਇਸ਼ਨਾਨ ਕਰੋ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾਣਾ।
ਘੰਟਿਆਂ ਬੱਧੀ ਬੈਠ ਕੇ ਕੀਰਤਨ ਔਰ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ, ਇਹ ਮਹਾਂਪੁਰਖਾਂ ਦੀ ਕਰਨੀ ਵਾਲੇ ਗੁਰਸਿੱਖਾਂ ਦੀ ਕਮਾਈ। ਜੇ ਸਰੋਵਰ ਵਿੱਚ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਜੇਠਾ, ਭਾਈ ਪੁਰਾਣਾ, ਭਾਈ ਲੰਗਾਹਾ, ਬਾਬਾ ਵਿਧੀ ਚੰਦ ਸਾਹਿਬ, ਐਡੇ ਐਡੇ ਮਹਾਨ ਸ਼ਹੀਦ ਬ੍ਰਹਮ ਗਿਆਨੀ ਭਾਈ ਸਾਲੋ ਜੈਸੇ ਸੇਵਾ ਅਤੇ ਇਸ਼ਨਾਨ ਕਰਦੇ ਰਹੇ, ਕੀ ਅਸੀਂ ਉਹਨਾਂ ਸਿੱਖਾਂ ਤੋਂ ਵੀ ਵੱਡੇ ਹੋ ਗਏ? ਅੱਜ ਇਹ ਖਿਆਲ ਰੱਖੋ ਹਮੇਸ਼ਾ। ਆਪਾਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦਾ ਕਿਣਕਾ ਵੀ ਨਹੀਂ ਸੰਗਤ ਜੀ, ਜਿਨ੍ਹਾਂ ਨੇ ਮਹਾਰਾਜ ਦੇ ਸਰੋਵਰ ਦਾ ਐਡਾ ਵੱਡਾ ਅਦਬ ਸਤਿਕਾਰ ਰੱਖਿਆ। ਸੋ ਇਸ ਕਰਕੇ ਜਦੋਂ ਵੀ ਸਮਾਂ ਮਿਲੇ, ਆਪਣੇ ਤਾਂ ਭਾਗ ਬਹੁਤ ਉੱਚੇ ਹੈ ਕਿ ਆਪਾਂ ਤਾਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਵੱਸ ਰਹੇ ਹਾਂ। ਇਹ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਜਿੱਥੇ ਆਪਾਂ ਨੂੰ ਵਾਸਾ ਮਿਲਿਆ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ, ਨਗਰਾਂ ਦੇ ਵਿੱਚੋਂ ਸਾਰੀਆਂ ਸੰਗਤਾਂ ਵਾਰੋ ਵਾਰੀ ਜ਼ਰੂਰ ਸਮਾਂ ਕੱਢ ਕੇ ਦਰਸ਼ਨ ਕਰਿਆ ਕਰੋ, ਇਸ਼ਨਾਨ ਕਰਨ ਜ਼ਰੂਰ ਜਾਇਆ ਕਰੋ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਹਾਜ਼ਰੀਆਂ ਭਰਿਆ ਕਰੋ। ਜਿਹੜੇ ਦੂਰ ਸਿੱਖ ਬੈਠੇ ਆ, ਕੋਈ ਵਿਦੇਸ਼ਾਂ ਵਿੱਚ, ਕੋਈ ਹਿੰਦੁਸਤਾਨ ਦੇ ਵਿੱਚ ਦੂਰ ਦੂਰ, ਉਹ ਵੀ ਭਾਈ ਮਹੀਨੇ ਵਿੱਚ, ਅੱਜ ਕੱਲ੍ਹ ਤਾਂ ਬੜੇ ਸਾਧਨ ਬਣ ਗਏ, ਮਹੀਨੇ, ਦੋ ਮਹੀਨੇ, ਛੇ ਮਹੀਨੇ, ਸਾਲ ਵਿੱਚ ਜ਼ਰੂਰ ਦਰਸ਼ਨ ਦਰਬਾਰ ਸਾਹਿਬ ਕਰਨ ਆਇਆ ਕਰੋ, ਜ਼ਰੂਰ ਸਰੋਵਰ ਵਿੱਚ ਇਸ਼ਨਾਨ ਕਰਿਆ ਕਰੋ। ਮਹਾਰਾਜ ਜੀ ਦੀ ਇਸ ਦਰ ਦੀ ਹਾਜ਼ਰੀ ਭਰਨ ਨਾਲ ਸਾਡਾ ਹੀ ਭਲਾ ਹੋਣਾ, ਸਾਡੇ 'ਤੇ ਹੀ ਬਖਸ਼ਿਸ਼ਾਂ ਹੋਣੀਆਂ, ਸਾਡੇ ਦੁੱਖ, ਸਾਡੇ ਪਾਪ ਕੱਟੇ ਜਾਣੇ ਆ। ਅਸੀਂ ਕੁਝ ਦੇਣਾ ਨਹੀਂ ਗੁਰੂ ਨੂੰ, ਗੁਰੂ ਸਾਹਿਬ ਨੇ ਸਾਡਾ ਹੀ ਉਧਾਰ ਕਰਨਾ। ਆਓ ਸੰਗਤ ਜੀ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀਏ। ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੀ ਦਾਤ ਸਾਨੂੰ ਬਖਸ਼ਿਸ਼ ਕਰਕੇ ਰੱਖੋ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਗੁਰਸੰਗਤ ਜੀ, ਆਪ ਜੀ ਨੂੰ ਬੇਨਤੀ ਹੈ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਾਮ ਨੂੰ 4 ਵਜੇ ਤੋਂ 6:30 ਵਜੇ ਦੇ ਸ਼ਹੀਦੀ ਦੀਵਾਨਾਂ ਵਿੱਚ ਤੁਸੀਂ ਰੋਜ਼ਾਨਾ ਆ ਕੇ ਹਾਜ਼ਰੀ ਭਰਿਆ ਕਰਨੀ ਹੈ, ਔਰ 6 ਜੂਨ ਨੂੰ ਸੁਬਹਾ 9 ਵਜੇ ਤੋਂ ਪਹਿਲਾਂ ਪਹੁੰਚ ਕੇ 4 ਵਜੇ ਤੱਕ ਆਪਣੀ ਹਾਜ਼ਰੀ ਉੱਥੇ ਯਕੀਨੀ ਬਣਾਉਣੀ ਹੈ। ਇਸ ਕਰਕੇ ਉੱਥੇ ਸ਼ਹੀਦੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਭਰਨੀ ਹੈ, ਔਰ ਤੁਹਾਡੇ ਨਗਰ ਦੀ ਤਾਂ ਇਲਾਕੇ ਦੀ ਵੱਡੀ ਸੇਵਾ ਕੈਪਟਨ ਸਰਦਾਰ ਬਲਵੀਰ ਸਿੰਘ ਜੀ ਬਾਠ ਔਰ ਉਹਨਾਂ ਦੇ ਸਪੁੱਤਰ ਸਰਦਾਰ ਤ੍ਰਿਲੋਕ ਸਿੰਘ ਜੀ ਬਾਠ, ਉਹਨਾਂ ਦੀ ਸਮੁੱਚੀ ਟੀਮ ਦੀ ਇਹ ਡਿਊਟੀ ਹੁੰਦੀ ਹੈ ਕਿ ਜਿੰਨੀਆਂ ਗੱਡੀਆਂ ਦੂਰੋਂ ਨੇੜਿਓਂ ਸੰਗਤਾਂ ਦੀਆਂ ਆਉਂਦੀਆਂ, ਸਾਰੀਆਂ ਸੰਗਤਾਂ ਦੀ ਪਾਰਕਿੰਗ ਦੀ ਜ਼ਿੰਮੇਵਾਰੀ ਤੁਹਾਡੇ ਨਗਰ ਦੇ ਔਰ ਬਾਠ ਸਾਹਿਬ ਦੇ ਜ਼ਿੰਮੇ ਹੁੰਦੀ ਹੈ। ਇਸ ਕਰਕੇ ਸਾਰਾ ਨਗਰ, ਸਾਰਾ ਇਲਾਕਾ ਲੱਕ ਬੰਨ੍ਹ ਕੇ ਇਸ ਸੇਵਾ ਵਿੱਚ ਤਤਪਰ ਹੋ ਕੇ ਆਪਣੀ ਹਾਜ਼ਰੀ ਸਾਰੇ ਨਗਰ ਨੇ ਦੇਣੀ ਹੈ, ਇਹ ਧਿਆਨ ਰੱਖਣਾ। ਹੋਰ ਵੀ ਵੱਡੀਆਂ ਸੇਵਾਵਾਂ ਹਨ, ਜਿੰਨੀਆਂ ਵੱਧ ਚੜ੍ਹ ਕੇ ਕਰ ਸਕਦੇ ਹੋ ਆਪਾਂ ਸੇਵਾਵਾਂ ਵਿੱਚ ਆਪਣਾ ਹਿੱਸਾ ਪਾਈਏ, ਸ਼ਹੀਦਾਂ ਦੀਆਂ ਖੁਸ਼ੀਆਂ ਲਈਏ। 30 ਮਈ ਨੂੰ ਦੁਪਹਿਰੇ 12 ਵਜੇ ਆਪਣੇ ਇਲਾਕੇ ਦੇ ਮੁਖੀ ਪਤਵੰਤੇ ਸਿੰਘਾਂ ਦੀ, ਮਹਾਂਪੁਰਖਾਂ ਦੀ ਮੀਟਿੰਗ ਹੈ, ਜਿਹਦੇ ਵਿੱਚ ਲੰਗਰਾਂ ਦੇ ਪ੍ਰਬੰਧ, ਛਬੀਲਾਂ ਦੇ ਪ੍ਰਬੰਧ ਅਤੇ ਹੋਰ ਜਿੰਨੇ ਪ੍ਰਬੰਧ ਹੈ ਉਹਨਾਂ ਦੀਆਂ ਵੱਖ ਵੱਖ ਸੇਵਾਵਾਂ ਸੰਗਤਾਂ ਨੇ ਲੈਣੀਆਂ ਔਰ ਸਾਰਿਆਂ ਨੂੰ ਜ਼ਿੰਮੇਵਾਰੀਆਂ ਵੰਡਣੀਆਂ ਹਨ। ਇਸ ਕਰਕੇ ਉਸ ਮੀਟਿੰਗ ਵਿੱਚ ਵੀ ਮੁਖੀ ਸਿੰਘਾਂ ਨੇ ਪਹੁੰਚਣਾ, ਆਪੋ ਆਪਣੀ ਸੇਵਾ ਲੱਕ ਬੰਨ੍ਹ ਕੇ ਸਾਰਿਆਂ ਨੇ ਨਿਭਾਉਣੀ ਹੈ।
ਸੋ ਸਾਧ ਸੰਗਤ ਜੀ, ਮੈਂ ਸਾਰੇ ਨਗਰ ਦੀ ਸੰਗਤ ਦਾ, ਇਲਾਕੇ ਦੀ ਸੰਗਤ ਦਾ, ਨਗਰ ਪੰਚਾਇਤ ਦਾ, ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਇਸੇ ਤਰ੍ਹਾਂ ਗੁਰੂ ਘਰ ਦੇ ਮੁੱਖ ਗ੍ਰੰਥੀ ਸਾਹਿਬ ਜੀ ਦਾ, ਸਰਦਾਰ ਬਲਵੀਰ ਸਿੰਘ ਜੀ ਬਾਠ ਸਾਹਿਬ ਜੀ ਦਾ, ਸਰਦਾਰ ਤ੍ਰਿਲੋਕ ਸਿੰਘ ਜੀ ਬਾਠ, ਜਥੇਦਾਰ ਮੰਗਲ ਸਿੰਘ ਜੀ ਔਰ ਜਥੇਦਾਰ ਜਤਿੰਦਰ ਸਿੰਘ ਜੀ ਲੱਧਾ ਮੁੰਡਾ, ਚੇਅਰਮੈਨ ਸਰਦਾਰ ਲਖਵਿੰਦਰ ਸਿੰਘ ਜੀ ਸੋਨਾ, ਇਸੇ ਤਰ੍ਹਾਂ ਸਰਦਾਰ ਤਰਸੇਮ ਸਿੰਘ ਜੀ ਤਾਰਪੁਰ, ਸਾਡੇ ਪੱਤਰਕਾਰ ਵੀਰ ਸਰਦਾਰ ਜਗਦੀਸ਼ ਸਿੰਘ ਜੀ ਬਮਰਾਹ, ਜੋ ਸਪਲੀਮੈਂਟ ਵੀ ਸ਼ਹੀਦਾਂ ਦੀ ਯਾਦ ਵਿੱਚ ਕੱਢ ਰਹੇ ਹੈ, ਸੋ ਉਹਨਾਂ ਦਾ ਵੀ ਆਪਾਂ ਸਹਿਯੋਗ ਦੇਣਾ। ਇਸੇ ਤਰ੍ਹਾਂ ਸੰਤ ਬਾਬਾ ਗੁਰਮੀਤ ਸਿੰਘ ਜੀ ਬਦੋਵਾਲ ਵਾਲੇ, ਜਥੇਦਾਰ ਬਾਬਾ ਕਿਰਪਾ ਸਿੰਘ ਜੀ, ਸਾਰਿਆਂ ਦਾ ਭਾਈ ਰੋਮ ਰੋਮ ਕਰਕੇ ਧੰਨਵਾਦ, ਸਭ ਦਾ ਧੰਨਵਾਦ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਕਰਨਗੇ। ਹੁਣ ਅਰਦਾਸ ਹੋਏਗੀ, ਸ਼੍ਰੀਮੁਖ ਵਾਕ ਤੋਂ ਉਪਰੰਤ ਪ੍ਰਿੰਸੀਪਲ ਸਾਹਿਬ ਕੁਝ ਬੇਨਤੀਆਂ ਕਰਨਗੇ, ਉਹ ਬੇਨਤੀਆਂ ਧਿਆਨ ਪੂਰਵਕ ਸੁਣਨੀਆਂ ਹਨ, ਨਾਲ ਸਤਿਗੁਰੂ ਜੀ ਦਾ ਸੁਖਾਸਨ ਹੋਏਗਾ। ਜਦੋਂ ਸੱਚੇ ਪਾਤਸ਼ਾਹ ਆਪਣੇ ਸੁਖਾਸਨ ਅਸਥਾਨ 'ਤੇ ਬਿਰਾਜਮਾਨ ਹੋ ਗਏ, ਉਸ ਤੋਂ ਉਪਰੰਤ ਸਾਰਿਆਂ ਨੇ ਨਮਸਕਾਰ ਕਰਕੇ ਲੰਗਰ ਜਲ ਪਾਣੀ ਛੱਕ ਕੇ ਫਿਰ ਘਰਾਂ ਨੂੰ ਜਾਣਾ। ਸਾਰੀ ਸੰਗਤ ਦਾ, ਭਾਈ ਹਰਸ਼ਦੀਪ ਸਿੰਘ ਜੀ ਦਾ, ਡਾਕਟਰ ਅਵਤਾਰ ਸਿੰਘ ਜੀ ਬੁੱਟਰ, ਭਾਈ ਹਰਭਜਨ ਸਿੰਘ ਜੀ ਮੁੰਬਈ, ਭਾਈ ਪਰਮਜੀਤ ਸਿੰਘ ਜੀ ਪੱਟੀ, ਜੋ ਸਾਰਾ ਦਮਦਮੀ ਟਕਸਾਲ ਦੇ ਚੈਨਲ 'ਤੇ ਰੋਜ਼ਾਨਾ ਇਹਨਾਂ ਸ਼ਹੀਦੀ ਸਮਾਗਮਾਂ ਨੂੰ ਸਾਰੇ ਸੰਸਾਰ ਵਿੱਚ ਨਾਲ ਨਾਲ ਲਾਈਵ ਕਰਨ ਦੀ ਵੱਡੀ ਸੇਵਾ ਕਰ ਰਹੇ ਹੈ, ਉਹਨਾਂ ਦੀ ਸਮੁੱਚੀ ਟੀਮ ਦਾ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਜੇ ਸ਼ਰਧਾ ਸੰਗ ਕਰਹਿ ਇਸ਼ਨਾਨ, ਤਿਨ ਕੋ ਕਿਉਂ ਨਾ ਹੋਏ ਕਲਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ।